ਹੈਲੋ ਦੋਸਤੋ, ਤੁਹਾਡਾ ਸਾਡੇ ਚੈਨਲ 'ਚ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਜੁੜੇ ਰਹਿਣ ਲਈ, ਬਣੇ ਰਹਿਣ ਲਈ ਤੁਹਾਡਾ ਧੰਨਵਾਦ। ਆਏ ਦਿਨ ਅਸੀਂ ਨਵੀਂ ਨੋਟੀਫਿਕੇਸ਼ਨ ਦਿੰਦੇ ਹਾਂ, ਭਾਵੇਂ ਕਿਸੇ ਰਿਜ਼ਲਟ ਨੂੰ ਲੈ ਕੇ ਹੋਵੇ, ਟੀਚਰ ਬੇਸ ਕੋਈ ਨਿਊਜ਼ ਹੋਵੇ, ਜਾਂ ਫਿਰ ਕੋਈ ਨਵੀਂ ਗੌਰਮੈਂਟ ਜੋਬ ਦੀ ਕੋਈ ਜਾਣਕਾਰੀ ਹੋਵੇ, ਤਾਂ ਮੋਕ ਟੈਸਟ ਨੰਬਰ 133 ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਜਿਹੜੇ ਵੀ ਕੈਂਡੀਡੇਟ ਆ ਚੁੱਕੇ ਹੈ, ਤਾਂ ਮੋਕ ਟੈਸਟ ਨੰਬਰ 133 ਦੇ ਵਿੱਚ ਤਾਂ ਬਹੁਤ ਬਹੁਤ ਸਵਾਗਤ ਹੈ ਜੀ। ਮੈਨੂੰ ਕਮੈਂਟ ਜ਼ਰੂਰ ਕਰ ਦਿਓ ਜੀ, ਫਿਰ ਆਪਾਂ ਸ਼ੁਰੂ ਕਰਾਂਗੇ ਲਾਈਵ ਮੋਕ ਟੈਸਟ। ਸਰਗੁਣ ਕੌਰ ਜੀ, ਰਾਜਵਿੰਦਰ ਕੌਰ ਜੀ, ਜਪਿੰਦਰ ਕੰਬੋਜ ਜੀ, ਬਹੁਤ ਵਧੀਆ ਜੀ, ਆ ਚੁੱਕੇ ਜਿਹੜੇ ਵੀ ਕੈਂਡੀਡੇਟ, ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਤਾਂ ਕਮੈਂਟ ਜ਼ਰੂਰ ਕਰ ਦਿਓ ਮੈਨੂੰ, ਫਿਰ ਆਪਾਂ ਸ਼ੁਰੂ ਕਰਾਂਗੇ ਮੋਕ ਟੈਸਟ ਨੰਬਰ 133। ਗੁਰਪ੍ਰੀਤ ਸਿੰਘ ਜੀ, ਸਰਗੁਣ ਕੌਰ ਜੀ, ਰਾਜਵਿੰਦਰ ਜੀ, ਕੰਬੋਜ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਜਿਹੜੇ ਵੀ ਕੈਂਡੀਡੇਟ ਆ ਚੁੱਕੇ ਹੈ, ਕਿਵੇਂ ਰਿਹਾ ਜੀ ਤੁਹਾਡਾ ਅੱਜ ਦਾ ਦਿਨ, ਤਾਂ ਦੱਸੋ ਜ਼ਰੂਰ ਕਮੈਂਟ ਕਰਕੇ, ਤਾਂ ਕਿਵੇਂ ਰਿਹਾ, ਕਿਵੇਂ ਬੀਤਿਆ। ਬਹੁਤ ਵਧੀਆ ਜੀ, ਤੁਸੀਂ ਸੁਣਾਓ। ਮਨਦੀਪ ਜੀ, ਮੋਨਾ ਜੀ, ਮੁਸਕਾਨ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਓਕੇ ਸਰਗੁਣ ਕੌਰ ਜੀ, ਵੀਨਾ ਰਾਣੀ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਜਿਹੜੇ ਵੀ ਕੈਂਡੀਡੇਟ ਆ ਚੁੱਕੇ ਹੈ, ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੀ, ਫਿਰ ਆਪਾਂ ਸ਼ੁਰੂ ਕਰਾਂਗੇ ਲਾਈਵ ਮੋਕ ਟੈਸਟ। ਮੋਕ ਟੈਸਟ ਨੰਬਰ 133। ਤਾਂ ਬਲਜੀਤ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਜਿਹੜੇ ਵੀ ਕੈਂਡੀਡੇਟ ਆ ਚੁੱਕੇ ਹੈ ਜੀ, ਬਹੁਤ ਬਹੁਤ ਸਵਾਗਤ ਹੈ ਉਹਨਾਂ ਦਾ। ਨਿਰਮਲ ਕੌਰ ਜੀ, ਬਹੁਤ ਬਹੁਤ ਸਵਾਗਤ ਹੈ। ਮੁਸਕਾਨ ਜੀ, ਤਾਂ ਬਾਕੀ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਆਵਾਜ਼ ਆ ਰਹੀ ਹੋਵੇ, ਜਾਂ ਜਿਹੜੇ ਕੈਂਡੀਡੇਟ ਨੂੰ ਆਵਾਜ਼ ਨਹੀਂ ਆ ਰਹੀ ਉਹ ਲਿਖ ਦਿਓ ਜੀ ਨੋ। ਦਰਮਿੰਦਰ ਜੀ, ਅਨੁਰਾਧਾ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਤਾਂ ਜਿਹੜੇ ਵੀ ਕੈਂਡੀਡੇਟ ਆ ਚੁੱਕੇ ਹੈ ਮੋਕ ਟੈਸਟ ਦੇ ਵਿੱਚ, ਫਿਰ ਆਪਾਂ ਸ਼ੁਰੂ ਕਰਦੇ ਹਾਂ ਜੀ। ਗੈਰੀ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਫਿਰ ਆਪਾਂ ਸ਼ੁਰੂ ਕਰਦੇ ਹਾਂ ਲਾਈਵ ਮੋਕ ਟੈਸਟ। ਗੁਰਦੀਪ ਸਿੰਘ ਜੀ, ਬਸ ਇੱਕ ਦੋ ਮਿੰਟ ਹੋਰ, ਫਿਰ ਆਪਾਂ ਸ਼ੁਰੂ ਕਰੀਏ। ਬਲਦੇਵ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ, ਜਿਹੜੇ ਵੀ ਕੈਂਡੀਡੇਟ ਆ ਚੁੱਕੇ ਹੈ। ਤਾਂ ਸ਼ੁਰੂ ਕਰਦੇ ਹਾਂ ਜੀ ਆਪਾਂ ਮੋਕ ਟੈਸਟ ਨੰਬਰ 133। ਬਹੁਤ ਵਧੀਆ, ਦੋ ਦੋ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ। ਪ੍ਰੀਤ ਕੌਰ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਸ਼ੁਰੂ ਕਰਦੇ ਹਾਂ ਜੀ ਆਪਾਂ ਕੁਐਸਚਨ ਨੰਬਰ 1 ਤੋਂ। ਤਾਂ ਜੂਬੀ ਨੂਰ ਜੀ, ਬਹੁਤ ਬਹੁਤ ਸਵਾਗਤ ਹੈ। ਤਾਂ ਦੇਖੋ ਜੀ, ਫਸਟ ਕੁਐਸਚਨ ਹੈ, ਦੇਖੋ ਜੀ ਫਸਟ ਕੁਐਸਚਨ, ਗੁੱਡ ਈਵਨਿੰਗ ਜੀ ਸਿਮਰਨ ਜੀ। ਹੇਠ ਲਿਖਿਆ ਵਿੱਚੋਂ ਕਿਸ ਸਮੁੰਦਰੀ ਜੀਵ ਦੀ ਸੰਰਚਨਾ ਧਾਰਾ ਰੇਖੀ ਨਹੀਂ ਹੁੰਦੀ? ਆਪਸ਼ਨ ਏ ਮੱਛੀ, ਆਪਸ਼ਨ ਬੀ ਆਕਟੋਪਸ, ਆਪਸ਼ਨ ਸੀ ਵੇਲ, ਆਪਸ਼ਨ ਡੀ ਮਗਰਮੱਛ।
ਤਾਂ ਰਾਈਟ ਆਪਸ਼ਨ ਆਏਗਾ ਆਪਸ਼ਨ ਨੰਬਰ ਬੀ ਆਕਟੋਪਸ। ਤਾਂ ਬੀ ਆਏਗਾ ਜੀ, ਬੀ ਬਿਲਕੁਲ ਰਾਈਟ ਹੈ। ਜਿਹੜੇ ਵੀ ਕੈਂਡੀਡੇਟ ਆ ਚੁੱਕੇ ਆ ਜੀ, ਬਹੁਤ ਬਹੁਤ ਸਵਾਗਤ ਹੈ ਉਹਨਾਂ ਦਾ। ਆਪਸ਼ਨ ਨੰਬਰ ਬੀ, ਆਪਸ਼ਨ ਬੀ ਆਕਟੋਪਸ ਆਏਗਾ ਕਿ ਹੇਠ ਲਿਖਿਆਂ ਵਿੱਚੋਂ ਕਿਸ ਸਮੁੰਦਰੀ ਜੀਵ ਦੀ ਸੰਰਚਨਾ ਧਾਰਾ ਰੇਖੀ ਨਹੀਂ ਹੁੰਦੀ। ਤਾਂ ਆਕਟੋਪਸ ਆਏਗਾ ਆਪਸ਼ਨ ਨੰਬਰ ਬੀ। ਤਾਂ ਬੀ ਆਏਗਾ, ਯਾਦ ਰੱਖਿਓ। ਨੈਕਸਟ ਕੁਐਸਚਨ ਕਰਦੇ ਹਾਂ। ਤਾਂ ਬੀ ਆਏਗਾ ਆਕਟੋਪਸ। ਤਾਂ ਹਨੀ ਜੀ ਬਹੁਤ ਬਹੁਤ ਸਵਾਗਤ ਹੈ। ਤਾਂ ਬਿਲਕੁਲ ਜੀ ਆਪਸ਼ਨ ਨੰਬਰ ਬੀ ਯਾਦ ਰੱਖਿਓ, ਆਕਟੋਪਸ ਹੁੰਦਾ ਸਮੁੰਦਰੀ ਜੀਵ ਹੈ ਜਿਹਦੀ ਸੰਰਚਨਾ ਜਿਹੜੀ ਹੁੰਦੀ ਹੈ ਉਹ ਧਾਰਾ ਰੇਖੀ ਨਹੀਂ ਹੁੰਦੀ, ਉਹਦੇ ਧਾਰਾਂ ਨਹੀਂ ਹੁੰਦੀਆਂ। ਬਾਕੀ ਮੱਛੀ, ਵੇਲ ਅਤੇ ਮਗਰਮੱਛ, ਇਹਨਾਂ ਦੇ ਸਰੀਰ 'ਤੇ ਤੁਸੀਂ ਦੇਖਿਓ ਧਾਰਾਂ ਦੀਆਂ ਬਣੀਆਂ ਹੁੰਦੀਆਂ, ਲਾਈਨਸ। ਬਟ ਜਿਹੜਾ ਆਕਟੋਪਸ ਹੈ ਉਹਨੇ ਨਹੀਂ ਬਣੀਆਂ ਹੁੰਦੀਆਂ, ਇਹ ਕੁਐਸਚਨ ਆਪਾਂ ਨੂੰ ਇਹ ਦੱਸ ਰਿਹਾ। ਅਗਰ ਪਿਓਰ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਤਾਂ ਤੁਹਾਨੂੰ ਮੈਂ ਦੱਸ ਦਿੱਤਾ ਜੀ, ਆਕਟੋਪਸ ਦੇ ਵਿੱਚ ਲਾਈਨਸ ਨਹੀਂ ਹੁੰਦੀਆਂ, ਮੱਛੀ, ਵੇਲ ਅਤੇ ਮਗਰਮੱਛ ਦੇ ਵਿੱਚ ਲਾਈਨਸ ਬਣੀਆਂ ਹੁੰਦੀਆਂ। ਧਾਰਾ ਜਿਹਨੂੰ ਕਿਹਾ ਜਾਂਦਾ ਉਹਦੀ ਸੰਰਚਨਾ ਦੇ ਵਿੱਚ, ਮਤਲਬ ਜੋ ਉਹਦੀ ਬਣਤਰ ਹੁੰਦੀ ਹੈ। ਯਾਦ ਰੱਖਿਓ ਆਕਟੋਪਸ ਆਏਗਾ ਆਪਸ਼ਨ ਨੰਬਰ ਬੀ ਆਏਗਾ। ਤਾਰਤੀ ਜੀ, ਪ੍ਰਿਯੰਕਾ ਜੀ ਬਹੁਤ ਬਹੁਤ ਸਵਾਗਤ ਹੈ ਜੀ। ਨੈਕਸਟ ਕੁਐਸਚਨ ਕਰਦੇ ਹਾਂ, ਕੁਐਸਚਨ ਮੋਸਟ ਇੰਪੋਰਟੈਂਟ ਹੈ, ਇਹਨਾਂ ਨੂੰ ਸਮਝ ਲਿਆ ਕਰੋ। ਨੈਕਸਟ ਹੈ, ਨਿਰਜਲੀਕਰਨ ਦੀ ਅਵਸਥਾ ਨੂੰ ਕੀ ਕਹਿੰਦੇ ਹੈ? ਨਿਰਜਲੀਕਰਨ, ਆਪਸ਼ਨ ਏ ਪਾਣੀ ਦੀ ਘਾਟ, ਆਪਸ਼ਨ ਬੀ ਪਾਣੀ ਦੀ ਅਧਿਕਤਾ ਮਤਲਬ ਵੱਧ ਮਾਤਰਾ, ਆਪਸ਼ਨ ਸੀ ਪਾਣੀ ਦਾ ਸੰਤੁਲਨ, ਆਪਸ਼ਨ ਡੀ ਓਲ। ਨਮਸਤੇ ਜੀ ਲੱਕੀ ਜੀ, ਓਕੇ ਰੀਤ ਜੀ। ਦੇਖੋ ਨਿਰਜਲੀਕਰਨ ਦੀ ਅਵਸਥਾ ਕੀ ਆਏਗਾ? ਨਿਰਜਲੇ ਕੁਐਸਚਨ ਸਾਰੇ ਇੰਪੋਰਟੈਂਟ ਹੈ। ਕਾਰਨ ਕੀ ਹੈ ਇਹਨਾਂ ਦਾ? ਤੁਹਾਨੂੰ ਪਤਾ ਹੀ ਹੈ, ਇਹਨਾਂ ਦੀ ਦੇਖਣ 'ਚ ਹੀ ਤੁਹਾਨੂੰ ਦਿਖ ਰਿਹਾ ਨਿਰਜਲੀਕਰਨ। ਤਾਂ ਰਜਨੀ ਜੀ ਬਹੁਤ ਬਹੁਤ ਸਵਾਗਤ ਹੈ। ਕੀ ਆਏਗਾ ਜੀ? ਨਿਰਜਲੀਕਰਨ ਦੀ ਅਵਸਥਾ ਹੁੰਦੀ ਹੈ, ਦੇਖੋ ਨਿਰਜਲੀਕਰਨ ਨੰਨੇ ਤੋਂ ਕੀ ਹੁੰਦਾ? ਨਹੀਂ ਮਤਲਬ ਨੈਗੇਟਿਵ ਜੀ ਇੱਕ ਆਵਾਜ਼ ਆ ਰਹੀ ਹੈ ਆਪਣੇ ਕੋਲ ਕਿ ਐਨ ਤੋਂ ਨੈਗੇਟਿਵ ਜੀ ਆਵਾਜ਼, ਨਹੀਂ ਮਤਲਬ ਪਾਣੀ ਦੀ ਘਾਟ। ਤਾਂ ਇੱਥੋਂ ਤੁਸੀਂ ਯਾਦ ਰੱਖ ਸਕਦੇ ਹੋ ਜੀ ਆਪਸ਼ਨ ਏ ਪਾਣੀ ਦੀ ਘਾਟ। ਤਾਂ ਨਿਰਜਲੀਕਰਨ ਨੰਨੇ ਤੋਂ ਯਾਦ ਰੱਖਿਓ, ਨਹੀਂ ਨਹੀਂ ਮਤਲਬ ਨੈਗੇਟਿਵ, ਪਾਣੀ ਦੀ ਘਾਟ ਵੀ ਇੱਕ ਨੈਗੇਟਿਵ ਹੈ। ਆਪਸ਼ਨ ਨੰਬਰ ਏ ਬਿਲਕੁਲ ਰਾਈਟ ਹੈ। ਕਦੇ ਨਹੀਂ ਭੁੱਲੋਗੇ ਨਿਰਜਲੀਕਰਨ, ਕਿਸੇ ਕੁਐਸਚਨ ਦੇ ਵਿੱਚ ਇਹ ਵਰਡ ਯੂਜ਼ ਕੀਤਾ ਜਾ ਸਕਦਾ, ਉੱਥੇ ਸਮਝ ਲਿਓ ਕਿ ਪਾਣੀ ਦੀ ਘਾਟ ਬਾਰੇ ਆਪਾਂ ਨੂੰ ਕਹਿ ਰਹੇ ਹੈ, ਉਹ ਆਪਸ਼ਨ ਨੰਬਰ ਏ ਹੈ, ਬਿਲਕੁਲ ਰਾਈਟ ਹੈ। ਬਜਿੰਦਰ ਜੀ ਬਹੁਤ ਬਹੁਤ ਸਵਾਗਤ ਹੈ, ਬੁੱਲਰ ਜੀ। ਤਾਂ ਨੈਕਸਟ ਕਰਦੇ ਹਾਂ ਆਪਾਂ, ਨਿਰਜਲੀਕਰਨ ਬਿਲਕੁਲ ਰਾਈਟ, ਆਪਸ਼ਨ ਨੰਬਰ ਏ। ਦੇਖੋ ਜੀ ਨੈਕਸਟ ਕੁਐਸਚਨ ਹੈ, ਨੈਕਸਟ ਕੁਐਸਚਨ ਦੇਖੋ, ਨੈਕਸਟ ਕੁਐਸਚਨ ਹੈ, ਜਿਸ ਪਾਣੀ ਵਿੱਚ, ਇਹ ਕੁਐਸਚਨ ਤੁਹਾਨੂੰ ਆਉਂਦਾ ਹੀ ਹੋਣਾ, ਬਿਲਕੁਲ ਈਜ਼ੀ ਹੈ, ਬਸ ਇਹਨੂੰ ਸਮਝਣਾ। ਜਿਸ ਪਾਣੀ ਵਿੱਚ ਸਾਬਣ ਸੌਖੀ ਤਰ੍ਹਾਂ ਝੱਗ ਪੈਦਾ ਕਰਦਾ ਹੈ ਉਹ ਪਾਣੀ ਕਿਹੜਾ ਹੁੰਦਾ? ਆਪਸ਼ਨ ਏ ਪਾਰਾ ਪਾਣੀ, ਆਪਸ਼ਨ ਬੀ ਹਲਕਾ ਪਾਣੀ, ਆਪਸ਼ਨ ਸੀ ਪ੍ਰਦੂਸ਼ਿਤ ਪਾਣੀ, ਆਪਸ਼ਨ ਡੀ ਨਲਕੇ ਵਾਲਾ ਪਾਣੀ। ਕੀ ਆਏਗਾ? ਪ੍ਰੀਤਪਾਲ ਜੀ ਗੁੱਡ ਈਵਨਿੰਗ ਜੀ, ਸੁਮਨ ਬਾਲਾ ਜੀ ਨਮਸਤੇ ਜੀ, ਜੁਗਲ ਕਿਸ਼ੋਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਤਾਂ ਜਿਸ ਪਾਣੀ ਵਿੱਚ ਸਾਬਣ ਸੌਖੀ ਤਰ੍ਹਾਂ ਝੱਗ ਪੈਦਾ ਕਰੇ ਉਹ ਕਿਹੜਾ ਹੁੰਦਾ? ਪਾਰਾ ਪਾਣੀ, ਹਲਕਾ ਪਾਣੀ, ਪ੍ਰਦੂਸ਼ਿਤ ਪਾਣੀ ਜਾਂ ਨਲਕੇ ਵਾਲਾ ਪਾਣੀ? ਕੀ ਆਏਗਾ ਜੀ? ਆਪਸ਼ਨ ਏ, ਆਪਸ਼ਨ ਬੀ, ਆਪਸ਼ਨ ਸੀ ਜਾਂ ਡੀ? ਕੀ ਆਊਗਾ? ਰਮਨ ਗਰੇਵਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ। ਕੀ ਆਏਗਾ? ਆਪਸ਼ਨ ਨੰਬਰ ਬੀ ਆਏਗਾ, ਹਲਕਾ ਪਾਣੀ। ਬੋਧ ਰਾਜ ਜੀ ਬਹੁਤ ਬਹੁਤ ਸਵਾਗਤ ਹੈ। ਤਾਂ ਬੀ ਆਪਸ਼ਨ ਆਏਗਾ, ਹਲਕਾ ਪਾਣੀ। ਯਾਦ ਰੱਖਿਓ ਨਲਕੇ ਦਾ ਪਾਣੀ ਅਤੇ ਪਾਰਾ ਪਾਣੀ ਜਾਂ ਪ੍ਰਦੂਸ਼ਿਤ ਪਾਣੀ, ਇਹ ਨਹੀਂ ਆਏਗਾ, ਹਲਕਾ ਪਾਣੀ। ਦੇਖੋ ਨਾਮ ਉਹ ਇਹਨੂੰ ਵੀ ਚੇਂਜ ਕਰ ਸਕਦੇ ਆ, ਕਿਉਂਕਿ ਇਹਨੂੰ ਹੋਰ ਵੀ ਤਰ੍ਹਾਂ ਨਾਲ ਲਿਖਿਆ ਜਾ ਸਕਦਾ ਕਿ ਭਾਰਾ ਪਾਣੀ, ਇਹਦੀਆਂ ਕਈ ਵਾਰੀ ਆਪਸ਼ਨਸ ਹੀ ਉਹ ਬਹੁਤ ਕਲੋਜ਼ ਪਾ ਦਿੰਦੇ। ਬਟ ਯਾਦ ਰੱਖਿਓ ਹਲਕਾ ਪਾਣੀ ਹੁੰਦਾ ਜਿਹਦੇ 'ਚ ਸਾਬਣ ਜਿਹੜਾ ਸੌਖੀ ਤਰ੍ਹਾਂ ਨਾਲ ਝੱਗ ਪੈਦਾ ਕਰ ਦਿੰਦਾ, ਸੌਖੀ ਤਰ੍ਹਾਂ, ਕਿਉਂਕਿ ਝੱਗ ਤਾਂ ਪਾਣੀ ਦੇ ਵਿੱਚ ਵੈਸੇ ਹੀ ਜਦੋਂ ਸਾਬਣ 'ਚ ਪੈਂਦਾ ਪਾਣੀ ਤਾਂ ਉਦੋਂ ਝੱਗ ਪੈਦਾ ਹੁੰਦੀ ਹੈ, ਬਟ ਇੱਥੇ ਲਿਖਿਆ ਸੌਖੀ ਤਰ੍ਹਾਂ ਮਤਲਬ ਬਿਲਕੁਲ ਈਜ਼ਲੀ, ਤਾਂ ਉਹ ਕਿਹੜਾ ਹੁੰਦਾ? ਹਲਕਾ ਪਾਣੀ। ਤਾਂ ਯਾਦ ਰੱਖਿਓ ਆਪਸ਼ਨ ਨੰਬਰ ਬੀ ਆਏਗਾ, ਬੀ ਬਿਲਕੁਲ ਰਾਈਟ ਆਪਸ਼ਨ ਹੈ। ਤਾਂ ਨੈਕਸਟ ਕੁਐਸਚਨ ਕਰਦੇ ਹਾਂ ਜੀ ਆਪਾਂ, ਈਜ਼ੀ ਕੁਐਸਚਨ ਸੀ ਬਟ ਹੈ ਇੰਪੋਰਟੈਂਟ ਹੁੰਦੇ ਆ ਇਹ ਕੁਐਸਚਨ। ਨੈਕਸਟ ਹੈ, ਕਿਸ ਉਪਲਬਧੀ ਲਈ ਗਲੋਬਲ 500, ਕਿਸ ਉਪਲਬਧੀ ਲਈ ਗਲੋਬਲ 500 ਇਨਾਮ ਦਿੱਤਾ ਜਾਂਦਾ? ਆਪਸ਼ਨ ਏ ਜਨਸੰਖਿਆ ਨਿਯੰਤਰਣ,
ਆਪਸ਼ਨ ਬੀ ਆਤੰਕਵਾਦ ਵਿਰੋਧੀ ਮੋਰਚਾ ਅੱਤਵਾਦੀ, ਆਪਸ਼ਨ ਸੀ ਨਸ਼ੇ ਵਿਰੋਧੀ ਕਾਰਜਾਂ ਲਈ, ਆਪਸ਼ਨ ਡੀ ਵਾਤਾਵਰਣ ਸੁਰੱਖਿਆ ਲਈ। ਕੀ ਆਊਗਾ ਦੱਸੋ ਜੀ, ਕਿਸ ਉਪਲਬਧੀ ਦੇ ਲਈ ਦਿੱਤਾ ਜਾਂਦਾ ਹੈ? ਗਲੋਬਲ 500। ਕਿਸ ਉਪਲਬਧੀ ਲਈ? ਆਪਸ਼ਨ ਏ, ਆਪਸ਼ਨ ਬੀ, ਆਪਸ਼ਨ ਸੀ, ਆਪਸ਼ਨ ਡੀ। ਆਰਾਧਨਾ ਜੀ ਬਹੁਤ ਬਹੁਤ ਸਵਾਗਤ ਹੈ ਜੀ। ਰਾਈਟ ਆਪਸ਼ਨ ਬਿਲਕੁਲ ਡੀ ਆਪਸ਼ਨ ਆਊਗਾ, ਵਾਤਾਵਰਨ ਸੁਰੱਖਿਆ ਦੇ ਲਈ। ਗਲੋਬਲ ਦੀ ਗੱਲ ਕੀਤੀ ਗਈ ਹੈ, ਪੂਰੇ ਗਲੋਬ ਦੀ, ਤਾਂ ਵਾਤਾਵਰਨ ਸੁਰੱਖਿਆ ਦੇ ਲਈ ਦਿੱਤਾ ਜਾਂਦਾ ਗਲੋਬਲ 500। ਯਾਦ ਰੱਖਿਓ ਗਲੋਬਲ 500 ਜਿਹੜਾ ਵਾਤਾਵਰਨ ਸੁਰੱਖਿਆ ਦੇ ਲਈ ਦਿੱਤਾ ਜਾਂਦਾ। ਬਿਲਕੁਲ ਰਾਈਟ ਹੈ ਜੀ ਆਪਸ਼ਨ ਨੰਬਰ ਡੀ, ਵੈਰੀ ਮੋਸਟ ਇੰਪੋਰਟੈਂਟ ਕੁਸ਼ਚਨ, ਸਾਰਿਆਂ ਦਾ ਜਵਾਬ ਬਿਲਕੁਲ ਸਹੀ ਹੈ। ਬਹੁਤ ਵਧੀਆ ਅਰਾਧਨਾ ਰਾਣੀ ਜੀ, ਤੁਸੀਂ ਸੁਣਾਓ ਕੀ ਹਾਲ ਚਾਲ ਹੈ? ਤਾਂ ਡੀ ਆਪਸ਼ਨ ਬਿਲਕੁਲ ਰਾਈਟ ਹੈ ਜੀ, ਵਾਤਾਵਰਨ ਸੁਰੱਖਿਆ ਦੇ ਲਈ। ਤਾਂ ਬਹੁਤ ਵਧੀਆ ਤੁਸੀਂ ਆਨਸਰ ਦਿੱਤਾ, ਬੜੀ ਖੁਸ਼ੀ ਦੀ ਗੱਲ ਹੈ, ਸਾਰਿਆਂ ਨੇ ਜਵਾਬ ਬਿਲਕੁਲ ਸਹੀ ਦਿੱਤਾ। ਤਾਂ ਯਾਦ ਰੱਖਿਓ, ਤਾਂ ਇੱਕ ਗੱਲ ਹੋਰ ਯਾਦ ਰੱਖਿਓ, ਇੱਥੇ ਲਿਖਿਆ ਹੋਇਆ ਵਾਤਾਵਰਨ ਸੁਰੱਖਿਆ, ਤਾਂ ਜੇ ਵਾਤਾਵਰਨ ਨੂੰ ਲੈ ਕੇ ਕਲੋਜ਼ ਆਪਸ਼ਨ ਆ ਜਾਣ, ਤਾਂ ਯਾਦ ਰੱਖਿਓ ਵਾਤਾਵਰਨ ਦੀ ਸੁਰੱਖਿਆ ਕਰਦੀ ਹੈ, ਮਤਲਬ ਜਿਹੜੇ ਕਰਦੇ ਆ ਉਹਨਾਂ ਨੂੰ ਦਿੱਤਾ ਜਾਂਦਾ। ਕਿਉਂਕਿ ਹੋ ਸਕਦਾ ਕਿ ਇੱਥੇ ਦੇਖੋ ਸਾਰੀਆਂ ਆਪਸ਼ਨਸ ਹੀ ਵੱਖਰੀਆਂ, ਤਾਂ ਚਾਰੋਂ ਦੀਆਂ ਚਾਰੋਂ ਆਪਸ਼ਨਸ ਹੀ ਵਾਤਾਵਰਨ ਨਾਲ ਰਿਲੇਟਡ ਹੋਣ, ਬਟ ਸੁਰੱਖਿਆ ਦੀ ਗੱਲ ਜਿੱਥੇ ਆਊਗੀ ਉੱਥੇ ਗਲੋਬਲ 500 ਦਿੱਤਾ ਜਾਊਗਾ। ਇਸ ਗੱਲ ਦਾ ਚੰਗੀ ਤਰ੍ਹਾਂ ਧਿਆਨ ਰੱਖਿਓ। ਹਰਮੀਤ ਕੌਰ ਜੀ ਬਹੁਤ ਬਹੁਤ ਸਵਾਗਤ ਹੈ। ਤਾਂ ਨੈਕਸਟ ਕਰਦੇ ਹਾਂ ਆਪਾਂ, ਤਾਂ ਰਾਈਟ ਜੀ 9 ਵਜੇ ਆ ਜਾਇਆ ਕਰੋ ਸਾਰੀ ਕੈਂਡੀਡੇਟ, ਕਿਉਂਕਿ ਕੁਸ਼ਚਨ ਆਪਾਂ 30 ਕਰਨੇ ਹੁੰਦੇ, ਤਾਂ ਤਾਂ ਕਰਕੇ ਥੋੜ੍ਹੀ ਸਪੀਡ ਨਾਲ ਜਿਹੜੇ ਕੁਸ਼ਚਨ ਮੈਂ ਜਲਦੀ ਜਲਦੀ ਆਪਾਂ ਕਰਦੇ ਜਾਂਦੇ ਹਾਂ। ਦੇਖੋ 4-5ਵੇਂ ਕੁਸ਼ਚਨ 'ਤੇ ਆਪਾਂ ਆ ਗਏ। ਤਾਂ ਨੈਕਸਟ ਜੀ, ਨੈਕਸਟ ਕੁਸ਼ਚਨ ਵੀ ਈਜ਼ੀ ਹੈ। ਦੇਖੋ ਜੀ ਨੈਕਸਟ, ਵਾਤਾਵਰਨ ਵਿਸ਼ੇ ਦਾ ਮੁੱਖ ਰੂਪ ਵਿੱਚ ਕਿਸ ਵਿਸ਼ੇ ਨਾਲ ਡੂੰਘਾ ਸੰਬੰਧ ਹੈ? ਆਪਸ਼ਨ ਏ ਭੂਗੋਲ ਜੋਗ੍ਰਾਫੀ, ਆਪਸ਼ਨ ਬੀ ਹਿਸਟਰੀ, ਆਪਸ਼ਨ ਸੀ ਮੈਥਮੈਟਿਕਸ, ਆਪਸ਼ਨ ਡੀ ਪੰਜਾਬੀ। ਗੁੱਡ ਈਵਨਿੰਗ ਜੀ ਪ੍ਰਿਆ ਜੀ, ਗੁੱਡ ਈਵਨਿੰਗ। ਕੀ ਆਏਗਾ ਜੀ? ਵਾਤਾਵਰਨ ਵਿਸ਼ੇ ਦਾ ਮੁੱਖ ਰੂਪ ਵਿੱਚ ਕਿਸ ਵਿਸ਼ੇ ਨਾਲ ਡੂੰਘਾ ਸੰਬੰਧ ਹੈ? ਕੀ ਆਏਗਾ? ਦੇਖੋ ਜੀ ਬਿਲਕੁਲ ਰਾਈਟ ਹੈ, ਜੋਗ੍ਰਾਫੀ ਆਏਗਾ। ਜੋਗ੍ਰਾਫੀ ਦੇ ਵਿੱਚ ਕੀ ਹੁੰਦਾ? ਧਰਤੀ ਨਾਲ ਰਿਲੇਟਡ ਹੁੰਦਾ, ਅਰਥ ਨਾਲ, ਸਨ ਨਾਲ, ਮਤਲਬ ਸਾਰਾ ਕੁਛ। ਤਾਂ ਜਿਹੜਾ ਵਾਤਾਵਰਨ ਹੈ ਉਹਨਾਂ ਦੇ ਵਿੱਚ ਹੀ ਆਉਂਦਾ, ਤਾਂ ਆਪਸ਼ਨ ਨੰਬਰ ਏ ਆਏਗਾ। ਬਿਲਕੁਲ ਰਾਈਟ ਹੈ ਜੀ ਆਪਸ਼ਨ ਨੰਬਰ ਏ, ਇਹ ਬਿਲਕੁਲ ਰਾਈਟ ਆਪਸ਼ਨ ਹੈ। ਯਾਦ ਰੱਖਿਓ ਜੋਗ੍ਰਾਫੀ, ਤਾਂ ਵਾਤਾਵਰਨ ਵਿਸ਼ੇ ਦਾ ਮੁੱਖ ਰੂਪ ਵਿੱਚ ਕਿਸ ਵਿਸ਼ੇ ਨਾਲ ਡੂੰਘਾ ਸੰਬੰਧ ਹੈ? ਆਪਸ਼ਨ ਨੰਬਰ ਏ ਜੋਗ੍ਰਾਫੀ। ਯਾਦ ਰੱਖਿਓ ਸਾਰੇ ਹੀ, ਅੱਜ ਸਾਰੇ ਕੈਂਡੀਡੇਟ ਦਾ ਜਵਾਬ ਜਿਹੜੇ ਆਨਸਰ ਸਹੀ ਆ ਰਹੇ ਹੈ, ਤਾਂ ਬਹੁਤ ਵਧੀਆ। ਮਤਲਬ ਆਪਾਂ 5ਵਾਂ ਕੁਸ਼ਚਨ ਕਰ ਲਿਆ, ਜ਼ਿਆਦਾਤਰ 99% ਚਾਂਸਿਸ ਹੈ ਕਿ ਸਾਰਿਆਂ ਦੇ ਹੀ 5 ਦੇ 5 ਕੁਸ਼ਚਨ ਸਹੀ ਹੈ। ਤਾਂ ਬਹੁਤ ਵਧੀਆ ਗੱਲ ਹੈ ਜੀ, ਸਹੀ ਕਰਦੇ ਜਾਇਆ ਕਰੋ। ਮੈਂ ਤੁਹਾਨੂੰ ਕਿਹਾ ਸੀ ਜਿਵੇਂ ਜਿਵੇਂ ਮੋਕ ਟੈਸਟ ਲਾਓਗੇ ਉਵੇਂ ਉਵੇਂ ਆਪਣਾ ਦਿਮਾਗ ਉਸ ਚੀਜ਼ ਨੂੰ ਕੈਚ ਕਰਨ ਲੱਗ ਜੂਗਾ, ਉਸ ਕੁਸ਼ਚਨ ਦੀ ਜਿਹੜੀ ਆਪਸ਼ਨ ਹੋਊਗੀ ਉਹਨੂੰ ਕੈਚ ਕਰਨ ਲੱਗ ਜੂਗਾ, ਕਿਉਂਕਿ ਆਪਾਂ ਪੜ੍ਹਦੇ ਹਾਂ ਡੇਲੀ, ਇਹ ਰਿਲੇਟਡ ਟੋਪਿਕਸ ਹੈ ਸਾਰੇ। ਤਾਂ ਮੈਂ ਤੁਹਾਨੂੰ ਕਹਿੰਦਾ ਹੁੰਦਾ ਰਿਪੀਟ ਕਰ ਲਿਆ ਕਰੋ ਮੋਕ ਟੈਸਟ ਨੂੰ ਇੱਕ ਵਾਰ, ਬਸ ਫਿਰ ਤੁਸੀਂ ਮਤਲਬ ਕੋਈ ਕੁਸ਼ਚਨ ਨਹੀਂ ਭੁੱਲੋਗੇ, ਤੁਹਾਡਾ ਦਿਮਾਗ 'ਚ ਉਵੇਂ ਪ੍ਰੈਕਟਿਸ ਹੁੰਦੀ ਜਾਊਗੀ। ਤਾਂ ਨੈਕਸਟ ਕਰਦੇ ਹਾਂ ਜੀ ਆਪਾਂ, ਤਾਂ ਨੈਕਸਟ ਕਰਦੇ ਹਾਂ ਜੀ ਆਪਾਂ, ਨੈਕਸਟ ਕੁਸ਼ਚਨ ਹੈ। ਦੇਖੋ ਜੀ ਨੈਕਸਟ ਕੁਸ਼ਚਨ ਹੈ, ਦੇਖੋ ਨੈਕਸਟ ਕੁਸ਼ਚਨ ਵੀ ਈਜ਼ੀ ਹੈ, ਬਿਲਕੁਲ ਈਜ਼ੀ ਹੈ, ਬਟ ਇੰਪੋਰਟੈਂਟ ਬਹੁਤ ਹੈ। ਨੈਕਸਟ ਹੈ, ਸਿੱਖਿਆ ਦੇ ਪ੍ਰਸ਼ਾਸਨ ਅਤੇ ਸਮੱਸਿਆਵਾਂ ਦੇ ਨਿਰਵਾਣ ਲਈ ਭਾਰਤ ਸਰਕਾਰ ਨੇ ਕਿਹੜੇ ਮੰਤਰਾਲੇ ਦੀ ਸਥਾਪਨਾ ਕੀਤੀ ਹੈ? ਆਪਸ਼ਨ ਏ ਰੱਖਿਆ ਮੰਤਰਾਲਿਆ, ਆਪਸ਼ਨ ਬੀ ਵਿੱਤ ਮੰਤਰਾਲਿਆ, ਆਪਸ਼ਨ ਸੀ ਸਿੱਖਿਆ ਮੰਤਰਾਲਿਆ, ਆਪਸ਼ਨ ਡੀ ਸੱਭਿਆਚਾਰਕ ਮੰਤਰਾਲਿਆ।
ਸੀ ਆਏਗਾ, ਸੀ ਬਿਲਕੁਲ ਰਾਈਟ ਹੈ, ਸਿੱਖਿਆ ਮੰਤਰਾਲਾ। ਦੇਖੋ ਸਿੱਖਿਆ ਦੇ ਪ੍ਰਸ਼ਾਸਨ ਅਤੇ ਸਮੱਸਿਆਵਾਂ ਦੇ ਨਿਰਵਾਣ ਦੇ ਲਈ ਭਾਰਤ ਸਰਕਾਰ ਨੇ ਸਿੱਖਿਆ ਮੰਤਰਾਲਾ, ਬਿਲਕੁਲ ਰਾਈਟ ਹੈ, ਸੀ ਆਏਗਾ, ਕਿਉਂਕਿ ਇਹਦੇ ਵਿੱਚ ਰੱਖਿਆ ਮੰਤਰਾਲਾ ਜਾਂ ਵਿੱਤ ਮੰਤਰਾਲਾ ਜਾਂ ਸੱਭਿਆਚਾਰਕ ਨਹੀਂ ਆਊਗਾ, ਸਿੱਖਿਆ ਮੰਤਰਾਲਾ ਐੱਚ ਆਰ ਡੀ। ਅਗਰ ਇਗਜ਼ਾਮ ਦੇ ਵਿੱਚ ਐੱਚ ਆਰ ਡੀ ਆ ਗਿਆ, ਤੁਸੀਂ ਉਹ ਵੀ ਐੱਚ ਆਰ ਡੀ ਵੀ ਯਾਦ ਰੱਖਿਓ, ਐੱਚ ਆਰ ਡੀ ਵੀ ਸਿੱਖਿਆ ਮੰਤਰਾਲਾ ਹੀ ਹੈ, ਕਿਉਂਕਿ ਕਈ ਵਾਰੀ ਕੀ ਕਰਦੇ ਆ ਪੰਜਾਬੀ 'ਚ ਵੀ ਐੱਚ ਆਰ ਡੀ ਪਾ ਦਿੰਦੇ ਆ, ਤਾਂ ਉਹ ਯਾਦ ਰੱਖਣਾ ਤੁਸੀਂ ਸੀ ਆਪਸ਼ਨ ਆਊਗੇ, ਕਿਉਂਕਿ ਪਜ਼ਲ ਕਰਨ ਵਾਸਤੇ ਪਾ ਸਕਦੇ ਹੋ ਐੱਚ ਆਰ ਡੀ। ਬਿਲਕੁਲ ਸਾਰੀ ਰਾਈਟ ਹੈ ਜੀ। ਨੈਕਸਟ ਕੁਸ਼ਚਨ ਜਿਹੜਾ ਹੁਣ ਕਰਾਂਗੇ, ਤਾਂ ਜਿਹੜੇ ਵੀ ਕੈਂਡੀਡੇਟਸ ਡੇਲੀ ਮੋਕ ਟੈਸਟ ਲਾਉਂਦੇ ਆ ਉਹਨਾਂ ਨੂੰ ਤਾਂ ਉਹ ਕੁਸ਼ਚਨ ਖਾਸ ਹੀ ਯਾਦ ਹੋਣਾ, ਉਹਦਾ ਕਾਰਨ ਕੀ ਹੈ, ਬਹੁਤ ਵਾਰ ਇਹ ਕੁਸ਼ਚਨ ਮੈਂ ਬੋਲਿਆ ਬਹੁਤ ਵਾਰ। ਦੇਖੋ ਭਾਰਤ ਵਿੱਚ ਇੱਕ ਸਿੰਘ ਵਾਲਾ ਗੈਂਡਾ ਮਿਲਦਾ ਹੈ, ਕਿੱਥੇ ਮਿਲਦਾ? ਆਪਸ਼ਨ ਏ ਗੁਜਰਾਤ, ਆਪਸ਼ਨ ਬੀ ਅਸਾਮ, ਆਪਸ਼ਨ ਸੀ ਕਰਨਾਟਕ, ਆਪਸ਼ਨ ਡੀ ਕੇਰਲਾ। ਤਾਂ ਦਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ, ਤਾਂ ਬਹੁਤ ਵਧੀਆ ਗੱਲ ਹੈ ਜੀ, ਸਾਰੇ ਕੈਂਡੀਡੇਟ ਨੂੰ ਕੁਸ਼ਚਨ ਈਜ਼ੀ ਲੱਗਣ, ਕਿਉਂਕਿ ਇਹੀ ਕੁਸ਼ਚਨ ਜੇ ਆਪਾਂ ਪਿਛਲੇ ਮੋਕ ਟੈਸਟ ਦੇ ਵਿੱਚ ਕਰਦੇ ਤਾਂ ਇਹੀ ਕੁਸ਼ਚਨ ਬਹੁਤ ਔਖੇ ਲੱਗਣੇ ਸੀ, ਬਟ ਹੁਣ ਮੋਕ ਟੈਸਟ 'ਚ ਆਪਾਂ ਇੰਨੇ ਕਰ ਚੁੱਕੇ ਹਾਂ ਕਿ ਕੁਸ਼ਚਨ ਤੁਹਾਨੂੰ ਈਜ਼ੀ ਲੱਗਣਗੇ। ਕਿੱਥੇ ਪਾਇਆ ਜਾਂਦਾ? ਮੈਂ ਬਹੁਤ ਵਾਰ ਤੁਹਾਨੂੰ ਦੱਸਿਆ ਕਿ ਇੱਕ ਸਿੰਘ ਵਾਲਾ ਗੈਂਡਾ ਜਿਹੜਾ ਕਿੱਥੇ ਪਾਇਆ ਜਾਂਦਾ ਭਾਰਤ ਦੇ ਵਿੱਚ, ਬਹੁਤ ਵਾਰ, ਅਤੇ ਇਹ ਕੁਸ਼ਚਨ ਆਉਣ ਦੇ ਚਾਂਸਿਸ ਬੜੇ ਹੁੰਦੇ ਆ। ਕਾਰਨ ਕੀ ਹੈ? ਸਿਰਫ ਇੱਕ ਹੀ ਰਾਜ ਹੈ ਅਸਾਮ ਜਿੱਥੇ ਇਹ ਪਾਇਆ ਜਾਂਦਾ, ਅਸਾਮ ਦੇ ਵਿੱਚ ਪਾਇਆ ਜਾਂਦਾ, ਤਾਂ ਬਿਲਕੁਲ ਰਾਈਟ ਹੈ ਜੀ ਅਸਾਮ। ਅਗਰ ਬਾਈ ਚਾਂਸ ਤੁਹਾਨੂੰ ਨਾਲ ਪੱਛਮ ਬੰਗਾਲ ਵੀ ਪਾ ਦੇਣ, ਥੱਲੇ ਉਹ ਲਿਖ ਦੇਣ ਦੋਨੋਂ ਆਪਸ਼ਨ, ਕਿਉਂਕਿ ਪਾ ਦਿੰਦੇ ਹੁੰਦੇ ਕਈ ਵਾਰੀ ਪੱਛਮ ਬੰਗਾਲ ਅਤੇ ਅਸਾਮ ਦੋਨੋਂ, ਅਤੇ ਥੱਲੇ ਉਹ ਪਾ ਦਿੰਦੇ ਏ ਅਤੇ ਬੀ, ਤਾਂ ਇਹ ਕੁਛ ਕੁ ਜਿਹੜੇ ਥੋੜ੍ਹੇ ਜਿਹੇ ਜਿਹੜੇ ਇਹਨਾਂ ਦੀਆਂ ਜਾਤੀਆਂ ਪ੍ਰਜਾਤੀਆਂ ਉਹ ਪੱਛਮ ਬੰਗਾਲ 'ਚ ਵੀ ਆ ਜਾਂਦੀਆਂ, ਪਰ ਜਿਹੜਾ ਜ਼ਿਆਦਾ ਇਹ ਅਸਾਮ ਦੇ ਵਿੱਚ ਪਾਇਆ ਜਾਂਦਾ, ਅਸਾਮ ਹੀ ਬਿਲਕੁਲ ਰਾਈਟ ਆਪਸ਼ਨ ਹੈ। ਇੱਕ ਸਿੰਘ ਵਾਲਾ ਜਿਹੜਾ ਗੈਂਡਾ ਹੈ ਉਹ ਅਸਾਮ 'ਚ ਪਾਇਆ ਜਾਂਦਾ, ਯਾਦ ਰੱਖਿਓ ਇਹ ਕੁਸ਼ਚਨ, ਬਹੁਤ ਵਾਰ ਮੈਂ ਤੁਹਾਨੂੰ ਦੱਸਿਆ, ਬਹੁਤ ਵਾਰ ਫਿਰ ਸੁਣ ਲਓ ਜੀ ਇਹ ਕੁਸ਼ਚਨ। ਬਿਲਕੁਲ ਉਸ ਦਿਨ ਮੈਂ ਤੁਹਾਨੂੰ ਕਿਹਾ ਵੀ ਸੀ, ਜੈਸ ਦਿਸਪੁਰ ਐਂਡ ਸਰਵਾਨੰਦ ਸੋਨੋਵਾਲ, ਦਿਸਪੁਰ ਅਸਾਮ ਦੀ ਕੈਪੀਟਲ ਹੈ, ਸਰਵਾਨੰਦ ਸੋਨੋਵਾਲ ਜੀ ਉੱਥੋਂ ਦੇ ਮੁੱਖ ਮੰਤਰੀ ਹੈ, ਤਾਂ ਉਹ ਵੀ ਤੁਹਾਨੂੰ ਮੈਂ ਲਿਸਟ ਦਿੱਤੀ ਸੀ, ਪੂਰੀ ਯਾਦ ਕਰ ਲਿਓ। ਨੈਕਸਟ ਕੁਸ਼ਚਨ ਕਰਦੇ ਹਾਂ ਆਪਾਂ, ਨੈਕਸਟ ਦੇਖੋ ਜੀ, ਨੈਕਸਟ ਕੁਸ਼ਚਨ ਹੈ, ਨੈਕਸਟ ਹੈ ਹਿਊਮਨ ਡਿਵੈਲਪਮੈਂਟ ਰਿਪੋਰਟ 2010। ਹਿਊਮਨ ਡਿਵੈਲਪਮੈਂਟ ਰਿਪੋਰਟ 2010 ਵਿੱਚ ਭਾਰਤ ਦਾ ਕਿੰਨਵਾਂ ਸਥਾਨ ਹੈ? ਹਿਊਮਨ ਡਿਵੈਲਪਮੈਂਟ ਰਿਪੋਰਟ ਦੇ ਵਿੱਚ ਭਾਰਤ ਦਾ ਸਥਾਨ ਕਿੰਨਵਾਂ? ਆਪਸ਼ਨ ਏ 119, ਆਪਸ਼ਨ ਬੀ 120, ਆਪਸ਼ਨ ਸੀ 121, ਆਪਸ਼ਨ ਡੀ 124। ਤਾਂ ਰਾਈਟ ਆਪਸ਼ਨ ਹੈ ਕਿ ਹਿਊਮਨ ਡਿਵੈਲਪਮੈਂਟ ਰਿਪੋਰਟ 2010 ਵਿੱਚ ਭਾਰਤ ਦਾ ਸਥਾਨ ਕਿੰਨਵਾਂ? ਆਪਸ਼ਨ ਨੰਬਰ ਏ 119ਵਾਂ। ਤਾਂ ਆਪਸ਼ਨ ਨੰਬਰ ਏ ਆਊਗਾ, 119ਵਾਂ ਸਥਾਨ ਹੈ, ਯਾਦ ਰੱਖਿਓ ਕਿੰਨਵਾਂ ਸਥਾਨ ਹੈ, 119ਵਾਂ। ਤਾਂ ਇਹ ਰਿਪੋਰਟ ਸੀ 2010 ਦੀ, ਤਾਂ ਹੁਣ ਤੁਹਾਨੂੰ ਮੈਂ ਦੱਸਦਾ ਕਿ 2000 ਪਿਛਲਾ ਸਾਲ ਸੀ 2018, ਇਸ ਸਾਲ ਤਾਂ ਹਲੇ ਇਹ ਰਿਪੋਰਟ ਆਈ ਨਹੀਂ 2019, ਕਿਉਂਕਿ ਇਹ ਲਾਸਟ ਜੇ ਤਾਂ ਆਉਂਦੀ ਹੁੰਦੀ ਹੈ ਨਵੰਬਰ ਦਸੰਬਰ ਦੇ ਵਿੱਚ, 2019 ਦੀ ਤਾਂ ਇਹ ਆਈ ਨਹੀਂ। 2018 ਦੇ ਵਿੱਚ ਭਾਰਤ ਦਾ ਸਥਾਨ ਸੀ 130ਵਾਂ। ਤਾਂ ਯਾਦ ਰੱਖਿਓ ਹਿਊਮਨ ਡਿਵੈਲਪਮੈਂਟ ਰਿਪੋਰਟ ਦੇ ਵਿੱਚ ਭਾਰਤ ਦਾ ਸਥਾਨ ਸੀ 130ਵਾਂ ਪਿਛਲੇ ਸਾਲ 18  'ਚ, ਪਰ 2010 ਦੇ ਵਿੱਚ ਇਹਦੇ ਪੁੱਛਿਆ ਗਿਆ ਉਹ ਸੀ 119, ਤਾਂ ਉਹ ਸੀ 119, ਯਾਦ ਰੱਖਿਓ। ਨੈਕਸਟ ਕਰਦੇ ਹਾਂ ਆਪਾਂ। ਬਿਲਕੁਲ ਜੀ, ਬਹੁਤ ਵਧੀਆ ਜਿਨ੍ਹਾਂ ਨੇ ਵੀ।
याद रखियो जी। नैक्सट क्वेश्चन करते हैं आप, नैक्सट क्वेश्चन है देखो जी, नेक्स्ट क्वेश्चन है रात समय जागण वाले जानवर हर चीज नू, इंपॉर्टेंट क्वेश्चन है, उन्हें ध्यान नाल पढ़े हो। रात समय जागण वाले जानवर हर चीज नू, ऑप्शन ए हर रंग विच देख सकते हैं, ऑप्शन बी केवल हरे रंग विच देख सकते हैं, ऑप्शन सी केवल काले अते चिट्टे ही देख सकते हैं, ऑप्शन डी केवल लाल रंग ही देख सकते हैं। की आऊगा रात समय जागन वाले जानवर, जेडे जानवर रात नू जागदे हैं तुहानू पता ही है, वो होना बारे गल कीती गई है, की आएगा दसो जी। क्वेश्चन नूं ध्यान नाल पढ़ियो फिर जवाब दिओ, इहदा की लगदा तुहानूं कि रात समय जागण वाले जानवर हर चीज़ नूं राइट ऑप्शन ऑप्शन नंबर सी केवल काले अते चिट्टे ही देख सकते हैं, सी ऑप्शन आएगा, मोस्ट इंपॉर्टेंट है सी ऑप्शन, सी ऑप्शन आएगा क्योंकि रात नू हर रंग नहीं दिखता, जे आप कहीए कि सारे रंग वो वेखणगे नहीं देख सकता, तो ये भी नहीं है कि वह हरा रंग देख सकते हैं, नहीं लाल रंग भी नहीं दिखता, सिर्फ तो सिर्फ काले अते चिट्टे ही देख सकते हैं, जा तो उन्होंने काली चीज़ दिखेगी जा उन्होंने चिट्टी चीज़ दिखेगी, बिल्कुल याद रखियो ऑप्शन नंबर सी, जिन्होंने दसिया बहुत वधिया दसिया, सी ऑप्शन, सी ऑप्शन आएगा जी, बहुत वधिया गल है, बिल्कुल राइट। तो नैक्सट क्वेश्चन करते हैं आप, नेक्स्ट क्वेश्चन है द नेक्स्ट क्वेश्चन लपरी जी बहुत बहुत स्वागत है जी। देखो जी नेक्स्ट नेक्स्ट क्वेश्चन भी पूरा घैंट क्वेश्चन है, ये भी एहो जा ही है, इन भी ध्यान नाल पढ़ियो। नेक्स्ट की है जी, पंछी अपनी गर्दन बहुत ज़्यादा हिलाते हैं, इसका कारण की है, तुम देखा ही होना जो बैठे होंगे कदे इधर वो गर्दन हिलाते रहते, एक थान से गर्दन टकाते नहीं, ऑप्शन ए उड़ सकते हैं ता करके, ऑप्शन बी पंछियों दिया अखा दिया पुतलियाँ घूम नहीं सकदियाँ, ऑप्शन सी पंछियों दिया अख छोटी होंगी मतलब उन्होंने अख जी छोटी होंगी ता करके, ऑप्शन डी उन्होंने कन्न जड़े खंभा नाल टके होंगे है, की कारण है जेडे पंछी अपनी गर्दन ज्यादा हिलाते हैं उनका कारण की है। क्या आएगा पंछी अपनी गर्दन बहुत हिलाते हैं तो राइट ऑप्शन ऑप्शन नंबर बी पंछियों दिया जड़िया अखा दिया जड़िया पुतलियाँ होंदिया घूम नहीं सकदियाँ, तो ऑप्शन नंबर बी इंपॉर्टेंट क्वेश्चन है, इन रिलेटेड क्वेश्चन थोड़ा एग्जाम मिलेंगे ही मिलेंगे, तो ऑप्शन नंबर बी आएगा पंछियों दिया अखा दिया जड़िया पुतलियाँ होंदिया वो घूम नहीं सकदियाँ ता करके वो गर्दन वार वार घुमाते, ऑप्शन नंबर बी आएगा, तो बी इंपॉर्टेंट क्वेश्चन है क्योंकि इन रिलेटेड क्वेश्चन कई बार टैट च मिलते हैं, तो ऑप्शन नंबर बी नेक्स्ट क्वेश्चन करते हैं आप। नेक्स्ट क्वेश्चन है जी नेक्स्ट कम बैक टू नेचर विना रानी जी बहुत बहुत स्वागत है जी। कम बैक टू नेचर ये किसने किया, ये बड़ी इंपॉर्टेंट ते मशहूर लाइन है, कम बैक टू नेचर वॉल्टर ने किया, टैगोर ने किया, रूसो ने किया या नेहरू ने किया, कम बैक टू नेचर, कम बैक टू नेचर किसने किया, कम बैक टू नेचर लाइन बड़ी इंपॉर्टेंट है, बटाउंदी होगी थोड़ा बड़ा इजी लाइन है, बिल्कुल बिल्कुल जड़े भी कैंडिडेट दस रहे हैं जी बहुत वधिया दस रहे हैं, ऑप्शन नंबर सी आएगा
रूसो, तो रूसो ने लाइन कही है कम बैक टू नेचर। बिल्कुल ऑप्शन नंबर सी, सी बिल्कुल राइट है एंड इंपॉर्टेंट है, सी ऑप्शन आएगा। ये राइन ये जी लाइन है जो बोले है रूसो ने क्या कम बैक टू नेचर, ऑप्शन नंबर सी। नमस्कार अमरजीत सिंह जी, नमस्ते। द कम बैक टू नेचर रूसो, बिल्कुल। नेक्स्ट कर दें आप, देखो जी नेक्स्ट क्वेश्चन सारे तो इजी है हूँ तक का, इजी तो इजी क्वेश्चन है। नेक्स्ट क्वेश्चन देखो जी, रुख लगाउन लई किस दी चोन करनी चाहिए है। रुख लगाउन लई किस दी चोन करनी चाहिए है, ऑप्शन ए विद्यार्थियों दी, ऑप्शन बी चंगे बीज दी, ऑप्शन सी बंतर दी, ऑप्शन डी स्थान दी। तो रुख लगाउन लई किस दी चोन जिहड़ी करनी चाहिए है। की आएगा जी, एक बी डी, बी डी चल रहा है। देखो जी थोन मैं उस दिन भी कहा सी कि क्वेश्चन दे विच की लगता है जा बी जा डी प्रायोरिटी देनी है, किसनू दोगे, की चीज़ लगती है थोनू कि जे तुसी रुख लगाओगे किस चीज़ की तुसी चोन करोगे, तो वह प्रायोरिटी देनी होंगी है। यहोजे क्वेश्चन दे विच क्वेश्चन दी ऑप्शन सारिया ही सही है इनियाँ, क्योंकि विद्यार्थियों की चोन एक हिसाब से जो आप गल करिए तो विद्यार्थी भी रुख लगाएंगे जा चंगे बीज जा उन्हां दी बंतर जा स्थान, ऑप्शन सारिया ही इहदे विच फिट है, बट क्वेश्चन इहोजा पजल क्यों कर जांदा है, तुसीं प्रायोरिटी देनी है। देखो मैं तुहानूं समझा दिंदा प्रायोरिटी देनी किवें है, रुख लगाउण लई किस दी चोन करनी चाहीदी है। देखो चंगे बीज जा स्थान इन्हां दोवां दे विच चंगी तरह यह क्वेश्चन पजल हो जांदा है। देखो है बहुत ईजी, चंगे बीज जा स्थान, देखो अगर थोड़े को चंगे बीज है पर थोड़े को स्थान है नहीं तो फिर फायदा की, फिर उस चीज़ का कोई फायदा नहीं, तो प्रायोरिटी किनू देवांगे स्थान नू, क्योंकि जगह की लोड़ है रुख लगाउण लई, तो जगह नू ही प्रायोरिटी देवांगे, ऑप्शन नंबर डी आऊगा। तो डी आएगा जी, डी बिल्कुल राइट है क्योंकि स्थान डी ऑप्शन, चंगे बीज नहीं स्थान डी ऑप्शन। चोन तुसी स्थान दी करोगे कि यह स्थान की इस रुख दे लई सही है, इत्थे जो भी धुप छां जो भी तुसी देखोगे, बिल्कुल जी ऑप्शन नंबर डी आएगा, चंगे बीज नहीं आएगा। क्वेश्चन पजल करन वाला सी बट सिंपल सी, एक एहो जे क्वेश्चन पजल कर जांदे हुंदे है, तो बिल्कुल जी डी ऑप्शन स्थान, नोट आ चंगे बीज। एक गल होर रखियो याद कि अगर थोनू स्थान मिल गया, जे तुसी स्थान की चोन कर ली तो बीज जेड़े थोड़े को आ जाएंगे, क्योंकि बीज तो तुसी उंजी वैसे लैने लैने हैं बट स्थान की थोनू चोन करनी पेगी। बिल्कुल बिंदु जी बहुत बहुत स्वागत है, यहोजे क्वेश्चन खास से याद रख्या करो, प्रायोरिटी बस ये सोचा करो कि असी सब तो ज़्यादा कि चीज़ में प्रायोरिटी देिए। क्वेश्चन के उन्हें क्या चोन, चोन का मतलब हूँ तुसी सिलेक्ट करनी है वो चीज़, तो यह तो है नहीं कोई माड़े बीज लगेगा, बीज बीज तो चंगे ही होंगे बट स्थान की तुसी चोन करनी होगी। तो नैक्सट तो याद रखियो जी, हूँ यह इस करके पाया सी कि इन्हें जोड़ा थोड़ा जहा पजल ना हो गई। आप देखो जी नैक्सट है वर्ल्ड रेडियो डे कदों मनाया जाता है, 13 फरवरी को। गुड ईवनिंग जी, तो वर्ल्ड रेडियो डे 13 फरवरी को, ये फोटो ता लिया है कि थोनों फोटो देख के ये याद रह जाऊगा, क्योंकि जड़ी चीज़ आप फोटो देख के याद रख लियो याद रही है। वर्ल्ड रेडियो डे कदों मनाया जाता है, 13 फरवरी को, इसका स्क्रीनशॉट ले लो जी, 2-3 बारी देख लियो तो बस थोनों याद हो जाना है। तो बिल्कुल जी, तो की आएगा वर्ल्ड रेडियो डे 13 फरवरी। तो नैक्सट करते हैं आप, तो नैक्सट क्वेश्चन करते हैं। सुखलाडी जी बहुत बहुत स्वागत है जी, बहुत बहुत। वर्ल्ड रेडियो डे 13 फरवरी याद रखा,
ਤਾਂ ਇਹਨੂੰ ਯਾਦ ਰੱਖਣ ਦਾ ਇੱਕ ਤਰੀਕਾ ਹੋਰ ਹੈ, ਤੁਸੀਂ ਇਹ ਫੋਟੋ ਨੂੰ ਆਪਣੇ ਮੋਬਾਈਲ 'ਤੇ ਲਾ ਲਿਓ ਅੱਗੇ, ਜਦੋਂ ਦੋ ਤਿੰਨ ਵਾਰੀ ਤੁਸੀਂ ਦਿਨ 'ਚ, ਦੋ ਦਿਨ ਵੀ ਜੇ ਤੁਸੀਂ ਇਹ ਫੋਟੋ ਆਪਣੇ ਮੋਬਾਈਲ 'ਤੇ ਲਾ ਲਈ ਤਾਂ ਮੋਬਾਈਲ ਤੁਸੀਂ ਦਿਨ 'ਚ ਚਲਾਉਂਦੇ ਹੋਵੋਗੇ, ਕਿਤੇ ਨਾ ਕਿਤੇ ਵੇਖਦੇ ਹੋਵੋਗੇ, ਜਦੋਂ ਥੋੜ੍ਹਾ ਟਾਈਮ ਲੱਗੂਗਾ, ਜਦੋਂ ਤੁਸੀਂ ਉਹ ਮੋਬਾਈਲ ਚੱਕੋਗੇ ਤੁਹਾਡੇ ਸਾਹਮਣੇ ਫੋਟੋ ਆਊਗੀ, ਤੁਹਾਨੂੰ ਯਾਦ ਹੋ ਜੂਗਾ ਕਿ ਹਾਂ ਅਸੀਂ ਇਹਨੂੰ ਦੇਖਦੇ ਹਾਂ। 13 ਫਰਵਰੀ ਨੂੰ ਮਨਾਇਆ ਜਾਂਦਾ ਵਰਲਡ ਰੇਡੀਓ ਡੇ, ਪੂਰੀ ਜ਼ਿੰਦਗੀ ਨਹੀਂ ਇਹਨੂੰ ਭੁੱਲ ਪਾਓਗੇ। ਤਾਂ ਇਹੋ ਜਿਹੀਆਂ ਜਿਹੜੀਆਂ ਫੋਟੋਆਂ ਹੁੰਦੀਆਂ ਤੁਸੀਂ ਮੋਬਾਈਲ 'ਤੇ ਲਾ ਲਿਆ ਕਰੋ, ਜਦੋਂ ਵੀ ਤੁਸੀਂ ਮੋਬਾਈਲ ਨੂੰ ਦੇਖਦੇ ਹਾਂ ਅੱਗੇ ਆਉਂਦੀਆਂ ਤੁਹਾਡੇ, ਜਿਹੜੀ ਚੀਜ਼ ਆਪਣੇ ਅੱਗੇ ਆਉਂਦੀ ਹੈ ਉਹ ਹਮੇਸ਼ਾ ਯਾਦ ਰਹਿੰਦੀ ਹੈ। ਤਾਂ ਨੈਕਸਟ, ਈਰਾਨ ਦਾ ਕੌਮੀ ਚਿੰਨ੍ਹ ਕੀ ਹੈ? ਆਪਸ਼ਨ, ਈਰਾਨ ਦੀ ਗੱਲ ਕੀਤੀ ਗਈ, ਆਪਸ਼ਨ ਏ ਕਮਲ, ਆਪਸ਼ਨ ਬੀ ਸੂਰਜਮੁਖੀ, ਆਪਸ਼ਨ ਸੀ ਬਾਜਰਾ, ਆਪਸ਼ਨ ਡੀ ਗੁਲਾਬ। ਈਰਾਨ ਦਾ ਕੌਮੀ ਚਿੰਨ੍ਹ ਕੀ ਹੈ? ਕੀ ਆਏਗਾ? ਈਰਾਨ ਦਾ ਜਿਹੜਾ ਨੈਸ਼ਨਲ ਚਿੰਨ੍ਹ ਜਿਹੜਾ ਹੁੰਦਾ ਜਿਹਦੇ ਤੋਂ ਕਿਸੇ ਦੇਸ਼ ਦੀ ਪਹਿਚਾਣ ਹੁੰਦੀ ਹੈ, ਈਰਾਨ ਦਾ ਕੀ ਹੈ? ਕੀ ਆਏਗਾ ਜੀ? ਆਪਸ਼ਨ ਏ, ਯੈਸ ਬੱਟੀ ਜੀ, ਯੈਸ, ਈਰਾਨ ਦਾ ਕੌਮੀ ਚਿੰਨ੍ਹ ਕੀ ਹੈ? ਬਿਲਕੁਲ ਰਾਈਟ ਹੈ ਆਪਸ਼ਨ ਨੰਬਰ ਡੀ, ਗੁਲਾਬ। ਯਾਦ ਰੱਖਿਓ, ਗੁਲਾਬ ਈਰਾਨ ਦਾ ਕੌਮੀ ਚਿੰਨ੍ਹ, ਬਿਲਕੁਲ ਰਾਈਟ ਹੈ ਜੀ, ਆਪਸ਼ਨ ਨੰਬਰ ਡੀ ਗੁਲਾਬ ਆਏਗਾ। ਦੇਖੋ ਸਾਰੇ ਦੇ ਸਾਰੇ ਹੀ ਪਜ਼ਲ ਹੈ, ਈਰਾਨ ਦਾ ਕੌਮੀ ਚਿੰਨ੍ਹ ਕੀ ਹੈ ਤਾਂ ਯਾਦ ਰੱਖਣਾ ਪਊਗਾ, ਤਾਂ ਡੀ ਆਪਸ਼ਨ ਆਏਗਾ ਜੀ, ਗੁਲਾਬ। ਤਾਂ ਈਰਾਨ ਦਾ ਕੌਮੀ ਚਿੰਨ੍ਹ ਕੀ ਹੈ? ਗੁਲਾਬ। ਬਸ ਬਿਲਕੁਲ ਰਾਈਟ, ਆਪਸ਼ਨ ਨੰਬਰ ਡੀ, ਈਰਾਨ ਦਾ ਇਜ ਇਕੁਅਲ ਟੂ ਪਾ ਲਓ ਗੁਲਾਬ। ਨੈਕਸਟ ਕਰਦੇ ਹਾਂ ਜੀ ਆਪਾਂ, ਨੈਕਸਟ ਕੁਐਸਚਨ ਹੈ, ਤਾਂ ਨਾਮ ਸੌਖਾ ਹੈ, ਈਰਾਨ ਗੁਲਾਬ, ਤਾਂ ਮਿੰਟ 'ਚ ਯਾਦ ਹੋ ਜਾਣਾ। ਨੈਕਸਟ ਦੇਖੋ ਜੀ, ਉਹ ਮੋਰੀਆ ਸਮਰਾਟ, ਯੈਸ ਟਹਿਰਾਨ ਕੈਪੀਟਲ ਹੈ ਜੀ, ਤਾਂ ਉਹ ਮੋਰੀਆ ਸਮਰਾਟ ਜਿਸ ਨੇ ਆਪਣੇ ਜੀਵਨ ਦੇ ਲਾਸਟ ਟਾਈਮ ਮਤਲਬ ਅੰਤਲੇ ਦਿਨ ਵਿੱਚ ਜੈਨ ਧਰਮ ਅਪਣਾ ਲਿਆ ਸੀ? ਆਪਸ਼ਨ ਏ ਚੰਦਰਗੁਪਤ ਮੋਰੀਆ, ਆਪਸ਼ਨ ਬੀ ਅਸ਼ੋਕ, ਆਪਸ਼ਨ ਸੀ ਸਮੁੰਦਰ ਗੁਪਤ, ਆਪਸ਼ਨ ਡੀ ਬਿੰਦੂਸਾਰਾ। ਕੀ ਆਏਗਾ? ਉਹ ਮੋਰੀਆ ਸਮਰਾਟ ਜਿਸ ਨੇ ਆਪਣੇ ਅੰਤਲੇ ਦਿਨਾਂ ਵਿੱਚ ਜੈਨ ਧਰਮ ਨੂੰ ਅਪਣਾ ਲਿਆ ਸੀ, ਕੀ ਆਏਗਾ? ਇਹ ਕੁਐਸਚਨ ਗਲਤ ਨਹੀਂ ਕਰਨਾ, ਇਹਦਾ ਕਾਰਨ ਕੀ ਹੈ, ਇਹ ਕੁਐਸਚਨ ਰਿਪੀਟਡ ਹੈ ਮੋਕ ਟੈਸਟ ਦੇ ਵਿੱਚ, ਇਹ ਅੱਜ ਤੋਂ 30-40 ਮੋਕ ਟੈਸਟ ਪਹਿਲਾਂ ਕੀਤਾ ਸੀ। ਰਾਈਟ ਆਪਸ਼ਨ ਆਏਗਾ ਆਪਸ਼ਨ ਨੰਬਰ ਏ, ਚੰਦਰ ਗੁਪਤ ਮੋਰੀਆ। ਯਾਦ ਰੱਖਿਓ, ਚੰਦਰ ਗੁਪਤ ਮੋਰੀਆ ਨੇ ਆਪਣੇ ਜੀਵਨ ਦੇ ਆਖਰੀ ਟਾਈਮ ਦੇ ਵਿੱਚ ਜੈਨ ਧਰਮ ਨੂੰ ਅਪਣਾ ਲਿਆ ਸੀ, ਤਾਂ ਆਪਸ਼ਨ ਨੰਬਰ ਏ ਆਏਗਾ। ਨੈਕਸਟ ਕਰਦੇ ਹਾਂ ਜੀ ਆਪਾਂ, ਨੈਕਸਟ ਕੁਐਸਚਨ ਹੈ, ਲਾਸਟ ਸੀ ਜੀ ਈਰਾਨ ਗੁਲਾਬ। ਦੇਖੋ ਜੀ, ਗੁਪਤ ਕਾਲ ਵਿੱਚ ਬੋਧ ਸਿੱਖਿਆ ਦਾ ਮਹਾਨ ਕੇਂਦਰ ਕੌਣ ਸੀ, ਮਤਲਬ ਕੀ ਸੀ? ਗੁਪਤ ਕਾਲ ਵਿੱਚ ਬੋਧ ਸਿੱਖਿਆ ਦਾ ਮਹਾਨ ਕੇਂਦਰ, ਆਪਸ਼ਨ ਏ ਪਾਲੀ, ਆਪਸ਼ਨ ਬੀ ਨਾਸਿਕ, ਆਪਸ਼ਨ ਸੀ ਨਲੰਦਾ, ਆਪਸ਼ਨ ਡੀ ਉਜੈਨ। ਸੁਮਨ ਜੀ ਨਮਸਤੇ ਜੀ, ਕੀ ਆਏਗਾ? ਦੇਖੋ ਇਹ ਆਪਸ਼ਨ ਤਾਂ ਨਹੀਂ ਹੋ ਸਕਦੀ, ਕਿਉਂਕਿ ਇਹ ਆਪਸ਼ਨ ਹੈ ਜਿਹੜੀ, ਇਹ ਸ਼ਹਿਰ ਨਹੀਂ ਹੈ, ਇੱਕ ਲੈਂਗੁਏਜ ਦਾ ਨਾਮ ਹੈ ਪਾਲੀ। ਤਾਂ ਰਾਈਟ ਆਪਸ਼ਨ ਹੈ ਆਪਸ਼ਨ ਨੰਬਰ ਕਿ ਗੁਪਤ ਕਾਲ ਵਿੱਚ ਬੋਧ ਸਿੱਖਿਆ ਦਾ ਮਹਾਨ ਕੇਂਦਰ ਸੀ, ਆਪਸ਼ਨ ਨੰਬਰ ਕੀ ਆਏਗਾ? ਕੀ ਆਏਗਾ ਜੀ, ਕੌਣ ਕੀ ਸੀ ਉਦੋਂ? ਆਪਸ਼ਨ ਨੰਬਰ ਸੀ ਨਲੰਦਾ, ਗੁਪਤ ਕਾਲ ਵਿੱਚ ਬੋਧ ਸਿੱਖਿਆ ਦਾ ਮਹਾਨ ਕੇਂਦਰ ਸੀ ਨਲੰਦਾ।
नालंदा आएगा। की आएगा? नालंदा, क्योंकि पाली पाली तो एक लैंग्वेज है, ये एक शहर नहीं है, क्योंकि बौद्ध सिक्ख्या का महान केंद्र की सी नालंदा, क्योंकि उस दिन आप किता भी सी नालंदा यूनिवर्सिटी जो गुप्त डायनेस्टी दे विच आई सी, तो नालंदा ही उदो की सी सिक्ख्या का महान केंद्र सी। बहुत वधिया जयशंकर जी, तुसी सुनाओ थोड़ा की हाल चाल है। नैक्सट करते हैं जी, आप देखो जी नैक्सट है उड़ीसा विच कोणार्क मंदिर नू किसने तैयार करवाया सी। यस, पाली का एक लैंग्वेज सी, ताइयों थोनू मैं क्या सी, ता उड़ीसा विच कोणार्क मंदिर नू किसने तैयार करवाया। ऑप्शन है नरसिंह देव, यस नालंदा इन बिहार दे विच है, बिहार दी कैपिटल पटना, ते बिहार दे चीफ मिनिस्टर नीतीश कुमार। ता उड़ीसा विच कोणार्क मंदिर नू किसने तैयार करवाया। ऑप्शन ए नरसिंह देव, ऑप्शन बी कृष्ण देव राय, ऑप्शन सी कनिष्क, ऑप्शन डी इन्हां सारिआं ने। की आएगा? यस बट्टी जी बिल्कुल राइट, ऑप्शन नंबर ए आएगा, ए ऑप्शन नरसिंह देव, राजा नरसिंह देव, ऑप्शन नंबर ए आएगा, राजा नरसिंह देव ने जिहड़ा उड़ीसा विच कोणार्क मंदिर सी उन्हों तैयार करवाया सी। ऑप्शन नंबर ए आएगा, नरसिंह देव, कोणार्क मंदिर उड़ीसा दे विच उन्हों नरसिंह देव ने जिहड़ा राजा सी उन्हें इन्हों तैयार करवाया सी मंदिर नूं, कोणार्क मंदिर। याद रखियो क्वेश्चन बहुत इंपोर्टेंट है, ऑप्शन नंबर ए जिहड़े हिस्टरी दे कैंडीडेट है वह बहुत इंपोर्टेंट क्वेश्चन है सारे। नैक्सट आप करते हैं जी, नैक्सट देखो जी जेडे आप उस दिन भी किए थे, इन्हों अगर स्क्रीनशॉट नहीं लाए तो लै लो की लिखा होया, 1 मई 3 मई 2 संडे जरा मई का मदर डे मनाया जाता है, 4 मई 5 मई 8 मई 9 मई। देखो ये तो मैं लगता एग्जाम चाया भी सी 8 मई वर्ल्ड रेड क्रॉस डे होवे ना, तो पिछले साल पूछा सी, पिछले साल तो जिहड़ा ये पूछा गया सी वर्ल्ड रेड क्रॉस डे जिहड़ा 8 मई नूं, तो यह मई दे इंपोर्टेंट डे है। यस उड़ीसा दी कैपिटल भुवनेश्वर, तो 1 मई 3 मई 2 मई जिहड़ा जिहड़ा सैकेंड संडे हुंदा मई दा, उहदा मदर्स डे हुंदा, तो इहदा स्क्रीनशॉट लै लो जी, इहनूं भी याद रखियो। तैनू याद रख लियो ये पूरे मई ये कवर है, 1 मई 3 मई 4 5 8 9। देखो जिहड़ा 1 मई है वह इंटरनेशनल लेबर डे, 3 मई नूं की हुंदा प्रेस फ्रीडम डे जा वर्ल्ड अस्थमा डे, ये इंपोर्टेंट है वर्ल्ड अस्थमा डे, ये 3 मई। नैक्सट देखो जी 11 मई 12 मई, पूरा मई का महीना कवर हो चुका, तो एक बार फिर तुसीं इहदा भी स्क्रीनशॉट लै लो जी, तो फिर इन्हू याद रखना है तुसी। 11 मई नैशनल टेक्नोलॉजी डे, फिर आ गया 12 मई, फिर 15, फिर 17, फिर 21, फिर 24। 24 नू भी याद रखियो कॉमनवेल्थ डे, क्योंकि जो इंपॉर्टेंट है मैं बोल रहा, 24 मई कॉमनवेल्थ डे, तो जोड़ा 31 मई वेरी मोस्ट इंपॉर्टेंट एंटी तंबाकू तंबाकू विरोधी दिवस 31 मई, पूरे दे पूरे याद रखने हैं। एन जी याद है, देखो 21 मई नू नैशनल एंटी टैरोरिज्म डे, तो इन्हों का पूरा स्क्रीनशॉट लै लो, तो इन्हों याद रख लियो जी, ये इंपॉर्टेंट है। 2-3 बारी पढ़ोगे अमरजीत जी याद हो जाएंगे, ये बड़े ईजी होंगे है, जिहड़ी चीज़ वेखन डिफिकल्ट लगती वो बहुत ईजी होंगी है, जिहड़ी वेखन ईजी लगे वो बहुत डिफिकल्ट होंगी है। तो नैक्सट उड़ीसा वाला सी जी नरसिंह देव, सुखलाडी जी नरसिंह देव ने, राजा नरसिंह देव ने मंदिर बनवाया सी। नैक्सट भारत विच इस्लामी राज दी नींह किसने रखी। ऑप्शन ए मुहम्मद बिन कासिम, ऑप्शन बी महमूद गजनवी, ऑप्शन सी मुहम्मद गोरी, ऑप्शन डी चंद्रगुप्त मौर्य। तो भारत विच इस्लामी राज दी नींह किसने रखी। दो तीन बारी इन्हों याद करोगे आपदे आप याद हो जाएंगे।
बस दो तीन बारी उन्हें वेख लियो शीट्स नू दुबारा की आएगा जी। भारत में इस्लामी राज की नींह किसने रखी सी? मुहम्मद बिन कासिम, महमूद गजनवी, मुहम्मद गोरी या चलो मान के चलो कि डी तो है ही नहीं, डी ते कांटा मार दो चंद्रगुप्त मौर्य। राइट ऑप्शन ऑप्शन नंबर सी मुहम्मद गोरी। तो भारत में इस्लामी राज की नींह किसने रखी सी? मुहम्मद गोरी ने, ऑप्शन नंबर सी। सी आएगा जी, सी बिल्कुल राइट है, सी ऑप्शन इज द राइट ऑप्शन, मुहम्मद गोरी ऑप्शन नंबर सी। नेक्स्ट करते हैं अपन, क्वेश्चन सारे इंपॉर्टेंट है, अगर गलत हो रहे हैं कोई गल नहीं, इन्हें याद रखियो। नेक्स्ट है बिल्कुल ईजी क्वेश्चन है, तो इन्ना गलत करियो जी। तुगलक वंश का मोढ़ी कौन सी? ऑप्शन ए मुहम्मद तुगलक, ऑप्शन बी ग्यासुद्दीन तुगलक, ऑप्शन सी इल्तुतमिश, ऑप्शन डी जलालुद्दीन तुगलक। तो तुगलक वंश का मोढ़ी कौन सी? मुहम्मद तुगलक, ग्यासुद्दीन तुगलक, इल्तुतमिश या जलालुद्दीन तुगलक। गगनदीप कौर जी बहुत बहुत स्वागत है जी, की आएगा जी? चाहत सिंगला जी बहुत बहुत स्वागत है। राइट ऑप्शन है, राइट है जी, राइट है कि तुगलक वंश का मोढ़ी कौन सी? तो लाइक जरूर कर दियो जी, जुगल किशोर जी बहुत बहुत धन्यवाद, लाइक जरूर कर दियो, तो याद करा दिया करो जी। तुगलक वंश का मोढ़ी कौन सी? ऑप्शन नंबर बी ग्यासुद्दीन तुगलक, तो बिल्कुल राइट ऑप्शन नंबर बी ग्यासुद्दीन तुगलक, तुगलक वंश का मोढ़ी सी है। यस ऑप्शन नंबर बी, कमलजीत कौर जी बहुत बहुत स्वागत है। तो ऑप्शन नंबर बी ग्यासुद्दीन तुगलक आएगा। नेक्स्ट क्वेश्चन करते हैं आप, देखो जी नेक्स्ट क्वेश्चन वैसे ही बड़ा इंपॉर्टेंट है, याद रखियो। देखो जी नेक्स्ट है कि जदों अप्रैल 1973 में टाइगरां नूं बचाउण लई प्रोजेक्ट टाइगर शुरू किया गया सी उदों भारत में कुल किन्ने टाइगर सी? 1627, 1727, 1827, 1927। जो 1973 टाइगर ने बचाने लिए प्रोजेक्ट टाइगर शुरू किया गया सी, तो भारत में कुल कितने टाइगर सी? क्या आएगा जी? राइट ऑप्शन है ऑप्शन नंबर सी, ऑप्शन नंबर सी 1827। याद रखियो 1827 आएगा, ऑप्शन नंबर सी आएगा, सी बिल्कुल राइट है, 1827 आएगा बिल्कुल जी, ऑप्शन नंबर सी, सी बिल्कुल राइट है 1827। याद रखियो जी, अमन जी बहुत बहुत स्वागत है जी, राइट बिल्कुल बहुत वधिया, लवप्रीत गिल जी 1827 दे 1827 सीगे उदों, याद रखियो, तो याद रखियो जी 1827। अमन जी बर्थडे दियाँ बहुत बहुत बधाइयाँ, बहुत बहुत अमन जिंदल जी बहुत बहुत शुभकामना, बिल्कुल बिल्कुल जी ऑप्शन नंबर सी आएगा। नेक्स्ट कर दें आप, नेक्स्ट है, नेक्स्ट देखो जी बाल विकास का क्वेश्चन है, बड़ा इजी, याद ना लें, ध्यान ना पढ़े हो। यह 7 जुलाई नू है जी सीटेट।
नेक्स्ट यस बिटू जी 1827 याद रखियो। नेक्स्ट देखो जी संवेग दी केड़ी विशेषता नहीं हैगी, संवेग दी केड़ी विशेषता नहीं है। ऑप्शन ए संवेग बाहर मुखी हुंदे हन, ऑप्शन बी संवेग सर्वव्यापक हुंदे हन, ऑप्शन सी संवेग विच शारीरिक परिवर्तन हुंदे हन, ऑप्शन डी संवेग दा खेतर जां संवेग दा खेतर बहुत विशाल है। की आएगा क्या होगा जी संवेग दी केड़ी विशेषता नहीं है। संवेग दी केड़ी विशेषता नहीं है, दसो जी की आएगा। इन क्वेश्चन देखो मैं तुम्हें समझा दिना पहले तो ही, आप चलते हैं डी ऑप्शन तो, डी तो उपर आवेंगे। संवेग का खेत्र बहुत विशाल है। संवेग की होंगे पहला जे नहीं तो पता था ये देख लो जी, संवेग होंगे इमोशंस अपने भाव जो आप सोचते हैं, जो भी आप सोचा वह संवेग होंगे, मतलब हम तुम की सोच रहे हो बह के, जो भी तुम सोच रहे हो वो थोड़े संवेग है। बाल विकास के संवेग कह देंगे, वैसे आप लैंग्वेज के भाव कह दें, अपने इमोशंस कह दें, मतलब जो आप सोच रहे हैं अपने भाव है। देखो जी ये बहुत विशाल होंगे, मतलब जिन्ना मर्जी सोची चलो, जो मर्जी क्योंकि अपने भाव सोची जिन्ना मर्जी चलो बहुत विशाल। इन्हें नाल शरीरिक परिवर्तन भी होंगे, भावें पॉजिटिव भावें नैगेटिव इफेक्ट अपने तो जरूर पैंदा है इस चीज़ का। ऑप्शन नंबर बी दे विच वेखिए सर्वव्यापक, देखो विशाल ते व्यापक सेम है जी, बी ते डी सिनोनियम है। उसके बाद आ गया ए, ये बाहर मुखी नहीं होंगे, ये की होंगे है अंतरमुखी। देखो आप अंदर सोचते हैं इन्हों, बाहर नहीं सोचते, तो की आएगा ऑप्शन नंबर ए संवेग की होंगे है बाहर मुखी नहीं होंगे, मतलब ये होंगे अंतरमुखी। तो ऑप्शन नंबर ए जी गलत है, तो ए आएगा जी ए बिल्कुल राइट है, तो ए आएगा याद रखियो, क्योंकि ये कई बार संवेग नू लैके क्वेश्चन बड़े बनाए होंगे है, थोड़े जे टिपिकल भी बनाए होंगे है, तो याद रखियो। नेक्स्ट करते हैं आप, नेक्स्ट क्वेश्चन है देखो जी, नेक्स्ट क्वेश्चन तो नेक्स्ट देखो, पिछली बाल अवस्था में बच्चा किस नाल ईरखा करन लग जाता है। पिछली बाल अवस्था ऑप्शन ए पिता नाल, ऑप्शन बी माता नाल, ऑप्शन सी अपने ब्रदर सिस्टर नाल, ऑप्शन डी इन्हां सारिआं नाल। पिछली बाल अवस्था में बच्चा किस नाल ईरखा करता है, ये गल याद रखियो, जिहड़ा पिछली बाल अवस्था की उम्र हुंदी है वो हुंदी है 6 to 12 years, केड़ी हुंदी है 6 to 12 years याद रखियो। कल भी थोनू मैं एक दसी सी नाल नाल लिखते जाओ, सुमन जी ये भावें इन्हां दा रिएक्शन बाहर नू दिखे बट हुंदे अंतरमुखी है। आपां ये नहीं है कि आप बाहर सोचांगे, आप अंदरों सोचांगे, तुसीं हुण सोच रहे हो, हुण मैं जो सोच रहा है, चलो तुसीं मैनूं देख रहे हो, मैं जो सोच रहा है थानू नहीं पता लगना कि मैं की सोच रहा है, अपने अंदर जो भी चल रहा है। क्योंकि देखो जे आप बाहर नहीं सोचते, कोई भी संवेग है बाहर नहीं आता, अंदर ही अंदर आप सोचते हैं, रिएक्शन तो भी आप छेती नहीं समझ सकते कि वह की सोच रहा है। रिएक्शन चो बहुत खुश है बट अंदर भावें वह दुखी बैठा हो। इस तरह अंतरमुखी होंगे, बाहर मुखी नहीं होंगे। तो पिछली बाल अवस्था लिख लो 6 to 12 years की होंगी है, इन्दे विच जिहड़ा बच्चा है वह ईरखा किहदे तो करता है, माता पिता तो आउणगे नहीं, माता पिता नाल कोई ईरखा नहीं होंगी, भावें वह पिछली बाल अवस्था भावें मुढ़ली जो मर्जी है। तो सी आएगा जी भैन भरावां नाल, सी ऑप्शन। तो ऑप्शन नंबर की आएगा सी, सी बिल्कुल राइट आएगा जी। तो ऑप्शन नंबर सी, तो बिल्कुल अगर थोनू कोई भी क्वेश्चन मैं थोनू फिर कह रहा प्रॉब्लम लगे पूछ लिया करो, सुमन बाला जी क्लीयर हो गया हो तो मैं दस दो, अगर नहीं तो फिर मैं होर भी सौखी लैंग्वेज एक्सप्लेन कर देना, तो अगर लगे किसी भी लाइन के या कुछ भी तो मैं पूछ लिया करो। तो नैक्सट करते हैं आप, नैक्सट वातावरण वह बाहरी शक्ति है जो सानू प्रभावित करती है। देखो जी राम जी बहुत बहुत स्वागत है, तो देखो ये वातावरण न रिलेटड नहीं है, बाल विकास का
ਕੁਐਸਚਨ ਹੈ ਸਾਈਕੋਲੋਜੀ ਦਾ। ਵਾਤਾਵਰਣ ਉਹ ਬਾਹਰਲੀ ਸ਼ਕਤੀ ਹੈ ਜੋ ਸਾਨੂੰ ਪ੍ਰਭਾਵਿਤ ਕਰਦੀ ਹੈ। ਇਹ ਕਿਹਨੇ ਕਿਹਾ? ਰੋਸ ਨੇ, ਵੁੱਡਵਰਥ ਨੇ, ਪਿਆਜੇ ਨੇ। ਚਲੋ ਪਿਆਜਾ ਤਾਂ ਹੈ ਹੀ ਨਹੀਂ, ਪਿਆਜਾ ਪਾਸੇ ਕਰੋ। ਕੋਹਲਬਰਗ, ਕੋਹਲਬਰਗ ਵੀ ਨਹੀਂ ਹੈ, ਆਪਸ਼ਨ ਏ ਜਾ ਬੀ। ਕੀ ਆਏਗਾ ਜੀ? ਵਾਤਾਵਰਨ ਉਹ ਬਾਹਰਲੀ ਸ਼ਕਤੀ ਹੈ ਜੋ ਸਾਨੂੰ ਪ੍ਰਭਾਵਿਤ ਕਰਦੀ ਹੈ। ਕੀ ਆਏ? ਏ ਔਰ ਬੀ? ਯੈਸ, ਧਰਮਿੰਦਰ ਜੀ, ਸੁਮਨ ਬਾਲਾ ਜੀ, ਬਿਲਕੁਲ ਰਾਈਟ। ਰਾਈਟ ਆਪਸ਼ਨ, ਆਪਸ਼ਨ ਏ ਰੋਸ। ਇਹ ਰੋਸ ਨੇ ਕਿਹਾ, ਵਾਤਾਵਰਨ ਉਹ ਬਾਹਰਲੀ ਸ਼ਕਤੀ ਹੈ ਜੋ ਸਾਨੂੰ ਪ੍ਰਭਾਵਿਤ ਕਰਦੀ ਹੈ। ਰੋਸ, ਬਿਲਕੁਲ, ਆਪਸ਼ਨ ਨੰਬਰ ਏ ਰੋਸ। ਤਾਂ ਬਿਲਕੁਲ ਜੀ, ਆਪਸ਼ਨ ਨੰਬਰ ਏ ਰੋਸ ਨੇ ਕਹੀ ਹੈ ਗੱਲ, ਵਾਤਾਵਰਨ ਉਹ ਬਾਹਰਲੀ ਸ਼ਕਤੀ ਜੋ ਸਾਨੂੰ ਪ੍ਰਭਾਵਿਤ ਕਰਦੀ ਹੈ। ਤਾਂ ਆਪਸ਼ਨ ਨੰਬਰ ਏ, ਜਿਹੜੀਆਂ ਛੋਟੀਆਂ ਲਾਈਨਸ ਹੁੰਦੀਆਂ ਇਹ ਇਗਜ਼ਾਮ ਦੇ ਵਿੱਚ ਆਉਣ ਦੇ ਚਾਂਸਿਸ ਜ਼ਿਆਦਾ ਕਿਉਂ ਹੁੰਦੇ ਆ? ਕਿਉਂਕਿ ਇਹ ਛੋਟੀਆਂ ਹੁੰਦੀਆਂ, ਇਹਨਾਂ ਨੂੰ ਯਾਦ ਰੱਖਣਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ, ਕਿਉਂਕਿ ਜਿਹੜੀ ਵੱਡੀ ਲਾਈਨਸ ਹੋਊਗੀ, ਕੋਈ ਕਿਸੇ ਦੇ ਸ਼ਬਦ ਵੱਡੇ, ਮਤਲਬ ਕੋਈ ਲਾਈਨਸ ਦੇ ਵਿੱਚ ਉਹਦੀ ਪਰਿਭਾਸ਼ਾ ਡੈਫੀਨੇਸ਼ਨ ਦਿੱਤੀ ਹੋਊਗੀ, ਉਹਨੂੰ ਆਪਾਂ ਯਾਦ ਰੱਖਣ, ਉਹਦੇ ਵਿੱਚੋਂ ਕੋਈ ਦੋ ਅੱਖਰ ਵੀ ਆਪਾਂ ਯਾਦ ਰੱਖ ਸਕਦੇ ਹਾਂ ਕਿ ਜੇ ਇਹ ਆ ਗਏ ਤਾਂ ਇਹਦਾ ਨਾਮ ਲੈਣਾ। ਪਰ ਇਹਦੇ ਵਿੱਚੋਂ ਦੇਖੋ, ਆਪਾਂ ਯਾਦ ਰੱਖਣਾ ਮੁਸ਼ਕਿਲ ਹੈ ਇਹਨੂੰ। ਵਾਤਾਵਰਨ ਉਹ ਬਾਹਰਲੀ ਸ਼ਕਤੀ ਹੈ ਜੋ ਸਾਨੂੰ ਪ੍ਰਭਾਵਿਤ ਕਰਦੀ ਹੈ, ਰੋਸ ਨੇ ਕਿਹਾ। ਤਾਂ ਬਸ ਇੰਨਾ ਕੁ ਯਾਦ ਰੱਖ ਲਿਓ, ਦੋ ਤਿੰਨ ਵਾਰੀ ਪੜ੍ਹ ਲਿਓ, ਯਾਦ ਰਹਿ ਜੂਗੀ। ਤਾਂ ਆਪਸ਼ਨ ਏ ਰੋਸ, ਤਾਂ ਯਾਦ ਰੱਖ ਲਿਓ ਜੀ ਇਹਨੂੰ, ਕੋਈ ਜ਼ਿਆਦਾ ਔਖਾ ਨਹੀਂ ਹੈ। ਨੈਕਸਟ ਦੇਖੋ ਜੀ ਕੀ ਆਏਗਾ, ਇਹਨੂੰ ਪੂਰਾ ਕਰਨਾ ਜੀ, ਸਾਰੇ ਕੈਂਡੀਡੇਟ ਕੰਪਲੀਟ ਕਰਿਓ ਇਹਨੂੰ। 3, 9, 21, 45 ਤੋਂ ਬਾਅਦ ਕੀ ਆਊਗਾ? 90 ਆਊਗਾ, 93 ਆਊਗਾ, 95 ਆਊਗਾ, ਜਾਂ 101 ਆਊਗਾ? ਕੀ ਆਊਗਾ? ਪੂਰਾ ਕਰਨਾ ਇਹਨੂੰ। ਤਿੰਨ, ਨੌ, 21, 45। ਤਿੰਨ, ਨੌ, 21, 45 ਇਸ ਤੋਂ ਬਾਅਦ ਕੀ ਆਊਗਾ? ਕੀ ਆਊਗਾ ਜੀ? ਬਹੁਤ ਸਿੰਪਲ ਹੈ, ਬਹੁਤ ਸਿੰਪਲ ਹੈ। ਜਦੋਂ ਤੁਸੀਂ ਇਹਦਾ ਸਲਿਊਸ਼ਨ ਦੇਖੋਗੇ, ਤੁਸੀਂ ਕਹੋਗੇ ਇੰਨਾ ਸਿੰਪਲ। ਦੇਖੋ ਜੀ, 3 ਤੋਂ ਬਾਅਦ 3 ਨੂੰ 2 'ਤੇ ਗੁਣਾ ਕਰੋ, ਕੀ ਬਣ ਗਿਆ? 6। 6 ਦੇ ਵਿੱਚ 3 ਜੋੜ ਦਿਓ, ਬਣ ਗਿਆ 9। 9 ਨੂੰ 2 'ਤੇ ਗੁਣਾ ਕਰੋ, 18। 18 ਦੇ ਵਿੱਚ 3 ਜੋੜਿਆ, ਬਣ ਗਿਆ 21। 21 ਨੂੰ ਕੀ ਕੀਤਾ? ਉਦੋਂ ਬਾਅਦ 2 'ਤੇ ਗੁਣਾ ਕਰੋ, 21 ਦੂਣਾ 42। 42 ਦੇ ਵਿੱਚ 3 ਜੋੜਤਾ, ਬਣ ਗਿਆ 45। 45 ਨੂੰ 2 'ਤੇ ਗੁਣਾ ਕਰੋ, 90। 90 ਦੇ ਵਿੱਚ 3 ਜੋੜਿਆ, ਬਣ ਗਿਆ 93। ਬਸ ਗੁਣਾ 2 ਕਰਨਾ, ਪਲੱਸ 3 ਕਰਨਾ, ਬਸ। 3 × 2 = 6, ਪਲੱਸ 3 9। 9 × 3 ਪਲੱਸ 3 9 × 2 9 × 2 = 18, ਪਲੱਸ 3 21 × 42, ਪਲੱਸ 3 45 × 2 90, ਪਲੱਸ 3 93। ਬਸ ਆਹੀ ਕੰਮ ਸੀ, ਬਿਲਕੁਲ ਈਜ਼ੀ ਸੀ। ਗੁਣਾ 2 ਕਰਦੇ ਜਾਣਾ, ਪਲੱਸ 3 ਕਰਦੇ ਜਾਣਾ। ਦੇਖ ਸਕਦੇ ਹੋ ਜੀ ਤੁਸੀਂ ਇਹਦਾ ਸਲਿਊਸ਼ਨ, ਲਿਖ ਲਓ। ਰਾਈਟ ਜੀ, ਜਿਹੜੇ ਵੀ ਕੈਂਡੀਡੇਟ ਨੇ ਕਿਹਾ, 93 ਆਏਗਾ। ਥੋੜ੍ਹੇ ਜਿਹੇ ਹੁਣ ਆਪਾਂ ਟਿਪੀਕਲ ਕਰਿਆ ਕਰਾਂਗੇ, ਕਿਉਂ? ਕਿਉਂਕਿ ਥੋੜ੍ਹੇ ਥੋੜ੍ਹੇ ਇਹੋ ਜਿਹੇ ਕਰਾਂਗੇ ਆਪਾਂ, ਫਿਰ ਆਪਾਂ ਇੱਦੋਂ ਵੀ ਸਟਰੋਂਗ ਬਣ ਜਾਵਾਂਗੇ। ਤਿੰਨ ਗੁਣਾ 2, ਫਿਰ 3 ਜੋੜਤੇ, ਫਿਰ 2, ਫਿਰ 3, ਫਿਰ 2, ਫਿਰ 3, ਫਿਰ 2, ਫਿਰ 3, ਬਸ। ਬੜਾ ਈਜ਼ੀ ਸੀ ਜੀ, ਬਿਲਕੁਲ ਈਜ਼ੀ ਸੀ। ਨੈਕਸਟ ਆਪਾਂ ਕਰਦੇ ਹਾਂ ਜੀ, ਦੇਖੋ। 937 ਵਿੱਚ ਕਿੰਨੇ ਘਟਾਈਏ ਕਿ 28 ਦੀ ਸਕੇਅਰ ਬਣ ਜੇ? ਤਾਂ 937 ਵਿੱਚੋਂ ਕਿੰਨੇ ਘਟਾਈਏ ਕਿ 28 ਦੀ ਸਕੇਅਰ ਬਣ ਜੇ? 151, 152, 153, 155।
देखो जी की आऊगा। नौ सौ सैंती विचों की घटाइए कि अठाई की स्केयर बन जाए। स्केयर मतलब पहला तुसी स्केयर नू खोलो, फिर तुसी वेखो की जोड़िए की घटाइए, सच की घटाना है। क्या होगा जी आंसर दे रहे ने मुस्कान जी, निर्मल जी, प्रीत जी, राम जी, की आएगा, प्रभजोत जी, प्रियंका जी, सिमरन जी, सुमन जी, समाइली जी, प्रभजोत जी, गुरदीप जी, प्रिया जी, की आएगा। देखो जी इन्हों जरूर सोल्व कराया करो। देखो 937 वेच किन्ने कटाइए। सब तो पहला अगर एग्जाम चाहो जा क्वेश्चन होंगे तुसी पहला स्केयर नू देखना, अठाई की स्केयर किन्नी है। देखो अठाई की स्केयर किन्नी है, अठाई की स्केयर है 784। देखो उन्दे विचो किन्ने कटाइए, उन्दे विचो 153 कटा देंगे तो 784 बन जूगा। बस आही दो लाइना का सवाल सी, बिल्कुल जी ऑप्शन नंबर सी आएगा जेडे भी कैंडिडेट ने दसिया, बहुत ही वधिया दसिया। नैक्सट क्वेश्चन करते हैं जी। हूँ आप नैक्सट क्वेश्चन देखो, नैक्सट क्वेश्चन दे पावे तुसी दो मिनट ला लियो बट उन्हों समझ के उन्दा फिर उत्तर देना है कि वह कह की रहा है आपां। बहुत ईजी है वो क्वेश्चन, मैं पहला पा लिया लेकिन बाद च कट्टिया नहीं। देखो थोड़ा जा लेंथी है, बहुत ईजी है, इस कुछ भी नहीं है, अद्धी लाइन का क्वेश्चन है। देखो कि वर्तमान विच तुसी अपने पिता तो तीन गुना छोटे हो, इत्थे की कहे तीन गुना छोटे, तो थोड़े पिता जी 60 साल दे हन ते तुसी किन्ने साल दे होवोंगे। जे थोड़ी उम्र विच 15 साल जोड़ दिते जान तां तुसी किन्ने दे हो जावोंगे, दसो जी। की लगता है बाद दे विच मैं थोनू पूरा एक्सप्लेन कर दूं कि ये है की है, बट एक बार तुसी जवाब जरूर दियो कि थोनू की लगता है। यह एक सैकेंड का क्वेश्चन है। समाइली रोड़ा जी बहुत वधिया, निर्मल जी, मुन्ना जी, रमन जी, है एक सैकेंड का, बस इन समझना कि वह कह की रहा आप है, इन कुछ भी नहीं है, है बिल्कुल ईजी। गुड इवनिंग जी, मनीष जी। देखो वर्तमान विच थोड़े पिता जी 60 साल दे है, तुसी उन्हां तो तीन गुना छोटे हो, मतलब तीन गुना छोटे का मतलब तुसी 20 साल दे हो, तुसी किन्ने साल दे होगे 20 साल दे, जे थोड़े विच 15 जोड़ दिए जान, 20 च 15 जोड़ लो बन गया 35। बस सवाल खत्म, सिर्फ लिखिया है, लिखन का ही टाइम लगता है, सवाल नू दिमाग दे विच सोल्व करा करो, एक एक लाइन जिवें वो आपां नू दस रहे हैं, बस सवाल उत्थे दा उत्थे ही खत्म। तीन गुना छोटे है, भी 60 साल क्या है, वह तीन गुना छोटा की बनूगा 20 साल। बस भावें 1/1 × 3 कर लो, क्योंकि 3 × 60 कट दो 20 बन गया। देखो जी उस तो बाद सिर्फ दो लाइनस के एक लाइनस मुक्या सवाल है, थोड़े पिता जी 60, तुसी 20 साल के बन गए, 20 च 15 जोड़ते 35 बन गया। बस कुछ भी नहीं, सिर्फ दिमाग की प्रैक्टिस है, होर कुछ नहीं है। नैक्सट करते हैं आप। देखो जी नैक्सट एक क्वेश्चन तो पाए जाते कि प्रैक्टिस जी बनी रहे अपनी, क्योंकि है बहुत ईजी, इन्हें है कुछ भी नहीं। नैक्सट है देखो जी, नैक्सट क्वेश्चन भी सोचो कि बिना कापी पेन तो करिए। थोड़े को 3000 रुपए है, तुम 40% रुपए खर्च लए, 10% गवाते, तो बाकी किन्ने बचे? थोनों मैं दसूँगा कि मैं मूँह जबान नहीं करना। 3000 से 40% तुसी खर्च ले, 10% गवाते, बाकी किन्ने बच गए? लाइक जरूर कर दो जी। मनीष जी, प्रभजोत जी कह रहे हैं जरूर कर दो, गुरदीप जी जरूर। समाइली रोड़ा जी बिल्कुल बिल्कुल, सिमरन जी बिल्कुल। देखो सारे कैंडिडेट इनू ध्यान नाल कि थोड़े को 3000 रुपए है, तुसी की किया 40% खर्च ले, 10% गवाते, टोटल किन्ने हो गए? 50% ही हो गए ना, कि 40% तुसी खर्च ले, 10% तुसी गवाते, 3000 का 50% कि 3000 का अद्धा, 3000 का अद्धा की होगा 1500। कापी पेन चक्कन की भी नहीं लोड़ सी,
ਦੇਖੋ ਜੀ ਇਹੋ ਜਿਹੇ ਸਵਾਲ 'ਚ ਕਾਪੀ ਪੈੱਨ ਨਾ ਚੱਕਿਆ ਕਰੋ। ਦੇਖੋ 3000 ਰੁਪਈਏ ਹੈ, 40,000 ਅਤੇ 10%, 40% ਅਤੇ 10% ਨੂੰ ਜੋੜ ਲਓ ਕੀ ਬਣ ਗਿਆ 50, 3000 ਦਾ 50% ਮਤਲਬ ਉਦੋਂ ਅੱਧਾ ਕੀ ਬਣ ਗਿਆ 1500। ਸਵਾਲ ਖਤਮ। ਮੈਂ ਤੁਹਾਨੂੰ ਕਿਹਾ ਸੀ ਇੱਕ ਸੈਕਿੰਡ ਦਾ ਸਵਾਲ ਹੈ, ਬਸ ਇਹੋ ਜਿਹੇ ਸਵਾਲ ਐਵੇਂ ਕਰਿਆ ਕਰੋ ਤਾਂ ਲੋੜ ਹੀ ਨਹੀਂ ਪੈਣੀ ਤੁਹਾਨੂੰ ਹੌਲੀ ਹੌਲੀ ਕਾਪੀ ਚੱਕਣ ਦੀ, ਦਿਮਾਗ 'ਚ ਸੋਲਵ ਹੋ ਜਾਇਆ ਕਰੂਗਾ। ਕਿਉਂਕਿ ਕਈ ਕੈਂਡੀਡੇਟ ਨੇ, ਚਲੋ ਜਿਨ੍ਹਾਂ ਨੇ ਨਹੀਂ ਕੀਤਾ ਹੋਣਾ ਪਹਿਲਾਂ, ਉਹਨਾਂ ਨੇ ਪਹਿਲਾਂ 40% ਕੱਢਿਆ ਹੋਣਾ, ਫਿਰ ਉਹਨਾਂ ਨੇ 10% ਕੱਢਿਆ ਹੋਣਾ, ਫਿਰ ਉਹਨਾਂ ਨੇ ਜੋੜਿਆ ਹੋਣਾ, ਫਿਰ ਉਹਨਾਂ ਨੇ 3000 ਵਿੱਚੋਂ ਘਟਾਇਆ ਹੋਣਾ। ਇੰਨੇ ਸਟੈਪ ਕਰਨ ਦੀ ਲੋੜ ਹੀ ਨਹੀਂ। 10 ਅਤੇ 40 50, 3000 ਦਾ 50% ਮਤਲਬ ਉਦੋਂ ਅੱਧਾ 1500। ਬਸ ਜਦੋਂ ਵੀ ਤੁਹਾਨੂੰ ਮੈਥ ਕਰਾਇਆ ਇਸ ਹਿਸਾਬ ਨਾਲ ਹੀ ਮੈਂ ਕਰਾਵਾਂਗਾ ਕਿ ਇਸ ਤਰ੍ਹਾਂ ਹੀ ਤੁਹਾਨੂੰ ਯਾਦ ਹੁੰਦੇ ਜਾਣ ਜਿਵੇਂ ਜਿਵੇਂ ਆਪਾਂ ਸਵਾਲ ਕਰਾਂਗੇ। ਤਾਂ ਨੈਕਸਟ ਕਰਦੇ ਹਾਂ। ਦੇਖੋ ਜੀ ਇਹਦਾ ਜਿਹੜਾ ਸਲਿਊਸ਼ਨ ਹੈ ਜੀ, ਤਾਂ ਤੁਹਾਨੂੰ ਲੋੜ ਹੀ ਨਹੀਂ ਵੈਸੇ। ਪਹਿਲਾਂ 40% ਕੱਢਿਆ, ਫਿਰ 10% ਜੋੜਿਆ, ਫਿਰ ਮਾਈਨਸ ਕੀਤਾ। ਨੈਕਸਟ ਦੇਖੋ ਜੀ, ਬਿਲਕੁਲ ਈਜ਼ੀ ਸਵਾਲ ਕੀ ਆਊਗਾ, ਐਕਸ ਦਾ ਮੁੱਲ ਕੱਢਣਾ ਹੈ। ਦੇਖੋ 2x ਪਲੱਸ 4 ਪਲੱਸ 3x ਪਲੱਸ 6 ਬਰਾਬਰ 10, ਐਕਸ ਦਾ ਮੁੱਲ ਕੀ ਆਊਗਾ, 2, 4, 8 ਜਾਂ 0? ਯੈਸ ਪ੍ਰਭਜੋਤ ਕੌਰ ਜੀ, 40 ਪਲੱਸ 10 50। ਯੈਸ ਅਮਰਜੀਤ ਜੀ, NTPC ਦਾ ਦੱਸੋ ਜੀ, 2x ਪਲੱਸ 4 ਪਲੱਸ 3x ਪਲੱਸ 6 ਬਰਾਬਰ 10, ਕੀ ਆਊਗਾ ਐਕਸ ਦਾ ਮੁੱਲ? ਯੈਸ ਓਪਸ਼ਨ ਕੀ ਆਏਗਾ ਜੀ, ਓਪਸ਼ਨ ਨੰਬਰ ਡੀ ਆਊਗਾ, 0। ਦੇਖੋ ਜੀ ਇਹਨੂੰ ਤੁਸੀਂ ਓਪਸ਼ਨ ਨਾਲ ਵੀ ਕਰਨ ਦੀ ਕੋਸ਼ਿਸ਼ ਕਰੋ। ਜੇ ਤੁਹਾਨੂੰ ਲੱਗਦਾ ਕਿ ਡੀ 0 ਪਿਆ, ਤੁਸੀਂ ਕੀ ਕਰੋ, ਜਦੋਂ ਤੁਸੀਂ 2 ਨੂੰ 0 ਨਾਲ, ਐਕਸ ਇੱਥੇ ਲਿਖਿਆ, ਐਕਸ ਦੀ ਥਾਂ 'ਤੇ 0 ਜਲਦੀ ਜਲਦੀ ਪੁੱਟ ਕਰਕੇ ਵੇਖੋ। ਜਦੋਂ ਤੁਸੀਂ ਐਕਸ ਦੀ ਥਾਂ 'ਤੇ 0 ਰੱਖੋਗੇ, ਜਦੋਂ ਕਿਸੇ ਦੀ ਗੁਣਾ 0 ਨਾਲ ਕਰੀਏ 0 ਹੁੰਦਾ। ਦੇਖੋ ਜੀ 2 ਨੂੰ ਜਦੋਂ 2x ਦੀ ਥਾਂ 'ਤੇ 0 ਰੱਖੋਗੇ 0 ਬਣ ਗਿਆ, 3x ਦੀ ਥਾਂ 'ਤੇ ਕੀ ਰੱਖੋਗੇ 0, 0 ਬਣ ਗਿਆ, 4 ਰਹਿ ਗਿਆ, 6 ਰਹਿ ਗਿਆ, ਉਹ ਆ ਗਿਆ 10, 10 ਬਰਾਬਰ 10, ਇਹ ਵੀ ਖਤਮ ਹੋ ਗਿਆ। ਜ਼ਿਆਦਾ ਇਹਨੂੰ ਸੋਲਵ ਕਰਨ ਦੀ ਵੀ ਨਹੀਂ ਲੋੜ। ਦੇਖੋ ਜੀ ਜੇ ਸੋਲਵ ਕਰਨਾ ਤਾਂ ਕੀ ਬਣ ਗਿਆ, 2x ਪਲੱਸ 3x ਪਲੱਸ 6, ਦੇਖੋ 5x ਪਲੱਸ 10, ਉੱਧਰ 10 ਹੈ, 10 ਮਾਈਨਸ 10 0 ਬਣ ਗਿਆ। ਇਸ ਤਰ੍ਹਾਂ ਵੀ ਆਪਾਂ ਕਰ ਸਕਦੇ ਹਾਂ। ਤਾਂ ਬਿਲਕੁਲ ਜੀ, ਭਾਵੇਂ ਤੁਸੀਂ ਸਿੱਧਾ ਓਪਸ਼ਨ ਰੱਖ ਕੇ ਦੇਖ ਲਓ, ਉੱਧਰ 0 ਰੱਖਿਆ, ਉੱਧਰ 0 ਰੱਖਿਆ, 10 ਬਰਾਬਰ 10 ਬਣ ਗਿਆ, ਆਂਸਰ ਸਹੀ ਹੋ ਗਿਆ। ਨੈਕਸਟ ਦੇਖੋ ਜੀ, ਨੈਕਸਟ ਹੈ ਇਹਦਾ ਅਰਥ ਦੱਸਣਾ ਤੁਸੀਂ, ਪੰਜਾਬੀ ਦਾ ਕੁਸ਼ਚਨ ਹੈ। ਵਾ ਵਗਨੀ ਓਪਸ਼ਨ ਏ, ਈਨ ਮੰਨਣੀ ਓਪਸ਼ਨ ਬੀ, ਪੁੱਠੀ ਪਰੰਪਰਾ ਓਪਸ਼ਨ ਸੀ, ਸਹਾਰਾ ਮਿਲਣਾ ਓਪਸ਼ਨ ਡੀ, ਸੌ ਮਿਲਣੀ। ਵਾ ਵਗਨੀ ਕੀ ਆਏ, ਤਾਂ ਵਾ ਵਗਨੀ ਇਹਦਾ ਕੀ ਆਏਗਾ, ਏ ਬੀ ਸੀ ਡੀ? ਜ਼ਰੂਰ ਦਿਓ ਜੀ, ਹਨੀ ਜੀ, ਨਿਰਮਲ ਜੀ, ਸੁਮਨ ਜੀ, ਸਿਮਰਨ ਜੀ ਆਨਸਰ ਦੇ ਰਹੇ ਨੇ ਜੀ, ਰਮਨ ਜੀ, ਹਰਸ਼ ਜੀ, ਕੀ ਆਏਗਾ, ਬਲਜੀਤ ਜੀ, ਪ੍ਰਭਜੋਤ ਜੀ, ਕਮਲ ਜੀ, ਗੁਰਦੀਪ ਜੀ, ਮੋਨਾ ਜੀ। ਬੀ ਓਪਸ਼ਨ ਆਏਗਾ ਜੀ, ਪੁੱਠੀ ਪਰੰਪਰਾ। ਜਦੋਂ ਪੁੱਠੀ ਪਰੰਪਰਾ ਵਗ ਜਾਂਦੀ ਹੈ ਉਹਨੂੰ ਕਹਿੰਦੇ ਵਾਹ ਵਗ ਗਈ। ਬਿਲਕੁਲ, ਵਾਹ ਵਗਣੀ ਕੀ ਹੁੰਦਾ, ਵਾਹ ਵਗੀ ਪਈ ਹੈ, ਪੁੱਠੀ ਪਰੰਪਰਾ। ਬਿਲਕੁਲ ਰਾਈਟ ਹੈ ਓਪਸ਼ਨ ਨੰਬਰ ਬੀ, ਬੀ ਆਏਗਾ ਜੀ, ਬੀ ਬਿਲਕੁਲ ਰਾਈਟ ਹੈ, ਜਿਹੜੇ ਵੀ ਕੈਂਡੀਡੇਟ ਦੱਸ ਰਹੇ ਆ ਓਪਸ਼ਨ ਨੰਬਰ ਬੀ। ਬਸ ਖਤਮ, ਨੈਕਸਟ ਕਰਦੇ ਹਾਂ ਆਪਾਂ। ਨੈਕਸਟ ਦੇਖੋ ਜੀ, ਨੈਕਸਟ ਹੈ ਸਮਾਨ ਆਰਥਕ ਸ਼ਬਦ, ਮਤਲਬ ਨਾਲ ਮਿਲਦਾ ਜੁਲਦਾ ਵਰਡ ਕਿਹੜਾ, ਸਮਾਨ ਆਰਥਕ। ਚੁਗਿਰਦਾ, ਚੁਗਿਰਦਾ ਦਾ ਓਪਸ਼ਨ ਹੈ ਨਿਕੰਮਾ, ਓਪਸ਼ਨ ਬੀ ਵਡਿਆਈ, ਓਪਸ਼ਨ ਸੀ ਇਰਦ ਗਿਰਦ, ਓਪਸ਼ਨ ਡੀ ਸ਼ੋਰ ਸ਼ਰਾਬਾ। ਕੀ ਆਏਗਾ, ਚੁਗਿਰਦਾ, ਨਿਕੰਮਾ, ਵਡਿਆਈ, ਇਰਦ ਗਿਰਦ ਜਾਂ ਸ਼ੋਰ ਸ਼ਰਾਬਾ? ਇਹ ਕੁਸ਼ਚਨ ਹੈ ਜਿਹੜੇ ਬੜੇ ਈਜ਼ੀ ਹੈ,
ਬਹੁਤ ਵਧੀਆ ਕੁਐਸਚਨ ਹੈ ਬਟ ਹੈ ਇੰਪੋਰਟੈਂਟ। ਬਿਲਕੁਲ ਬਿਲਕੁਲ ਜੀ, ਜਿਹੜੇ ਵੀ ਕੈਂਡੀਡੇਟ ਦੱਸ ਰਹੇ ਹੈ ਓਪਸ਼ਨ ਨੰਬਰ ਸੀ ਇਰਦ ਗਿਰਦ ਚੁਗਿਰਦਾ, ਬਿਲਕੁਲ ਸੀ ਆਏਗਾ ਜੀ ਇਰਦ ਗਿਰਦ, ਬਿਲਕੁਲ ਸੀ ਓਪਸ਼ਨ ਇਜ਼ ਦਾ ਰਾਈਟ ਓਪਸ਼ਨ, ਚੁਗਿਰਦਾ ਇਜ਼ ਇਕੁਅਲ ਟੂ ਇਰਦ ਗਿਰਦ, ਯੈਸ ਸੀ। ਨੈਕਸਟ ਕਰਦੇ ਹਾਂ ਆਪਾਂ, ਲਾਸਟ ਕੁਐਸਚਨ ਹੈ ਜੀ ਮੋਕ ਟੈਸਟ ਨੰਬਰ 133 ਦਾ। ਇਹਦੇ ਵਿੱਚੋਂ ਤੁਸੀਂ ਕੀ ਕਰਨਾ ਜੀ, ਕਾਲਵਾਚਕ ਕਿਰਿਆ ਵਿਸ਼ੇਸ਼ਣ ਨੂੰ ਚੁਣਨਾ। ਉਹ ਸਾਰੀ ਰਾਤ ਉਡੀਕ ਕੇ ਮੁੜ ਗਏ, ਓਪਸ਼ਨ ਏ ਉਹ, ਓਪਸ਼ਨ ਬੀ ਸਾਰੀ ਰਾਤ, ਓਪਸ਼ਨ ਸੀ ਉਡੀਕ ਕੇ, ਓਪਸ਼ਨ ਡੀ ਮੁੜ ਗਏ। ਇਹਦੇ ਵਿੱਚੋਂ ਕਾਲਵਾਚਕ ਕਿਰਿਆ ਵਿਸ਼ੇਸ਼ਣ ਕੀ ਹੈ? ਯੈਸ ਹਨੀ ਜੀ, 9 ਤੋਂ 10 ਦਾ ਪਤਾ ਹੀ ਨਹੀਂ ਲੱਗਦਾ, ਤਾਂ ਉਹ ਸਾਰੀ ਰਾਤ ਉਡੀਕ ਕੇ ਮੁੜ ਗਏ। ਕੀ ਆਊਗਾ ਜੀ? ਦੇਖੋ ਜੀ, ਕਾਲਵਾਚਕ ਕਿਰਿਆ ਦੇ ਹੋਣ ਦਾ ਸਮੇਂ ਦਾ ਜਿਹੜਾ ਪਤਾ ਲੱਗਦਾ ਉਹਨੂੰ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਆ। ਮਤਲਬ ਕਿਰਿਆ ਦੇ ਹੋਣ ਦਾ ਜਦੋਂ ਸਮੇਂ ਦਾ ਪਤਾ ਲੱਗਦਾ, ਤਾਂ ਸਮੇਂ ਦੀ ਗੱਲ ਇੱਥੇ ਕਿੱਥੇ ਕੀਤੀ ਗਈ ਹੈ? ਸਾਰੀ ਰਾਤ, ਸਾਰੀ ਰਾਤ ਦੇ ਵਿੱਚ ਸਮਾਂ ਵੀ ਆ ਗਿਆ, ਕਿਰਿਆ ਵੀ ਆ ਗਈ, ਤਾਂ ਕੀ ਆਊਗਾ? ਓਪਸ਼ਨ ਨੰਬਰ ਬੀ, ਸਾਰੀ ਰਾਤ। ਸਾਰੀ ਰਾਤ ਜਿਹੜਾ ਉਹ ਸਾਰੀ ਰਾਤ ਉਡੀਕ ਕੇ ਮੁੜ ਗਏ, ਸਾਰੀ ਰਾਤ ਇਹਦੇ ਵਿੱਚ ਬਿਲਕੁਲ ਰਾਈਟ ਹੈ, ਓਪਸ਼ਨ ਨੰਬਰ ਬੀ ਆਏਗਾ। ਬੀ ਆਊਗਾ ਜੀ, ਬੀ ਬਿਲਕੁਲ ਰਾਈਟ ਹੈ, ਕਿਰਿਆ ਦੇ ਹੋਣ ਦਾ ਪਤਾ ਲੱਗਦਾ ਓਪਸ਼ਨ ਨੰਬਰ ਬੀ, ਕਿਉਂਕਿ ਸਾਰੀ ਰਾਤ ਮਤਲਬ ਉਹਨਾਂ ਨੇ ਉਡੀਕਿਆ, ਕਿਰਿਆ ਕੀਤੀ ਕਿ ਉਹ ਸਾਰੀ ਰਾਤ ਤੁਹਾਨੂੰ ਉਡੀਕ ਕੇ ਗਏ ਹੈ, ਤਾਂ ਬੀ ਓਪਸ਼ਨ ਆਏਗਾ। ਸਾਰੀ ਰਾਤ ਨਾਲੇ ਇੱਕ ਗੱਲ ਹੋਰ, ਇਹਦੇ 'ਚ ਮਤਲਬ ਕਾਲ ਦਾ ਮਤਲਬ ਸਮੇਂ ਦਾ ਵੀ ਪਤਾ ਲੱਗਦਾ ਕਿ ਪੂਰੀ ਰਾਤ, ਸਾਰੀ ਰਾਤ ਸਮਾਂ ਵੀ ਲੰਘਿਆ ਅਤੇ ਕਿਰਿਆ ਵੀ ਕੀਤੀ, ਉਹ ਕੀ ਬਣ ਗਿਆ? ਕਾਲਵਾਚਕ ਕਿਰਿਆ ਵਿਸ਼ੇਸ਼ਣ, ਓਪਸ਼ਨ ਨੰਬਰ ਬੀ, ਕਿਉਂਕਿ ਇਹੋ ਜਿਹੇ ਕੁਐਸਚਨ ਯਾਦ ਰੱਖਿਆ ਕਰੋ ਵਿਦ ਐਗਜ਼ਾਮਪਲ, ਤਾਂ ਇਹ ਭੁੱਲਦੇ ਨਹੀਂ ਹੈ ਆਪਾਂ ਨੂੰ। ਨੈਕਸਟ ਹੈ ਜੀ ਵੋਕੈਬਸ ਆਫ ਦਾ ਡੇ, ਸੈਂਟੈਂਸ ਜ਼ਰੂਰ ਬਣਾ ਕੇ ਜਾਇਓ, ਫਿਰ ਆਪਾਂ ਮੋਕ ਟੈਸਟ ਨੂੰ ਟਰਮੀਨੇਟ ਕਰੀਏ, ਮਤਲਬ ਐਂਡ ਕਰੀਏ। ਤਾਂ ਹੇਸਟ ਹੁੰਦਾ ਕਾਹਲੀ ਜਲਦੀ, ਮਤਲਬ ਕਾਹਲੀ ਨਾਲ ਮੋਕ ਟੈਸਟ ਨੂੰ ਅੱਗੇ ਕਰੀਏ ਹੇਸਟ ਨਾਲ। ਫਰਟਾਈਲ ਹੁੰਦਾ ਉਪਜਾਊ, ਬੀਅਰ ਹੁੰਦਾ ਅਰਥੀ ਜਿੱਥੇ ਮੁਰਦੇ ਦਾ ਫੱਟਾ, ਜਿੱਥੇ ਮੁਰਦੇ ਨੂੰ ਪਾਇਆ ਜਾਂਦਾ ਬਾਇਰ। ਰਿਵੋਲਵਰ ਹੁੰਦਾ ਪਸਤੋਲ, ਪੋਕ, ਬੋਰਾ, ਥੈਲਾ, ਬਿਲਕੁਲ। ਕੀ ਆਏਗਾ ਜੀ? ਹੇਸਟ ਕਾਲੀ ਜਲਦੀ, ਫਰਟਾਈਲ ਹੁੰਦਾ ਉਪਜਾਊ, ਬੈਰਨ ਦਾ ਉਲਟ ਹੁੰਦਾ, ਮਤਲਬ ਆਪਾਂ ਐਂਟੋਨੀਅਮ ਪੜ੍ਹਿਆ ਹੋਇਆ, ਬੈਰਨ ਬੰਜਰ, ਫਰਟਾਈਲ ਹੁੰਦਾ ਉਪਜਾਊ, ਬਾਇਰ ਅਰਥੀ, ਮੁਰਦੇ ਦਾ ਫੱਟਾ, ਰਿਵੋਲਵਰ ਪਿਸਤੌਲ, ਔਰ ਪੋਕ ਹੁੰਦਾ ਬੋਰਾ ਜਾਂ ਥੈਲਾ। ਜ਼ਰੂਰ ਜੀ, ਹੇਸਟ ਕਾਲੀ ਜਲਦੀ, ਫਰਟਾਈਲ ਉਪਜਾਊ, ਬਾਹਰ ਅਰਥੀ ਮੁਰਦੇ ਦਾ ਫੱਟਾ, ਰਿਵੋਲਵਲ ਹੁੰਦਾ ਪਸਤੌਲ, ਪੋਕ ਹੁੰਦਾ ਬੋਰਾ ਥੈਲਾ। ਕਿਵੇਂ ਲੱਗਿਆ ਜੀ ਮੋਕ ਟੈਸਟ? ਸਾਰੇ ਕੈਂਡੀਡੇਟ ਨੂੰ ਦੱਸਿਓ ਜ਼ਰੂਰ, ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ। ਤਾਂ ਮਿਲਾਂਗੇ ਜੀ ਹੁਣ ਆਪਾਂ ਕੱਲ੍ਹ ਮੋਕ ਟੈਸਟ ਨੰਬਰ 134 ਦੇ ਵਿੱਚ, ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੀ। ਤਾਂ ਕੋਈ ਵੀ ਜਾਣਕਾਰੀ ਆਈ, ਕੋਈ ਇਨਫੋਰਮੇਸ਼ਨ ਆਈ, ਸਭ ਤੋਂ ਪਹਿਲਾਂ ਤੁਹਾਨੂੰ ਦੇਵਾਂਗੇ। ਕੋਈ ਇਨਫੋਰਮੇਸ਼ਨ ਆਈ, ਕੋਈ ਨੋਟੀਫਿਕੇਸ਼ਨ ਆਈ, ਮਿਲਾਂਗੇ ਜੀ ਆਪਾਂ ਹੁਣ ਕੱਲ੍ਹ ਨੂੰ ਮੋਕ ਟੈਸਟ ਨੰਬਰ 134 ਦੇ ਵਿੱਚ। ਅੱਜ ਅਸੀਂ ਮੋਕ ਟੈਸਟ 133, ਪੁਰਾਣੇ ਮੋਕ ਟੈਸਟ ਦੇਖਦੇ ਰਿਹਾ ਕਰੋ ਜੀ, ਬਣੇ ਰਹੋ, ਕੋਈ ਵੀ ਜਾਣਕਾਰੀ ਆਈ
ਤਾਂ ਜ਼ਰੂਰ ਦੇਵਾਂਗੇ ਜੀ, ਬਹੁਤ ਬਹੁਤ ਸ਼ੁਕਰੀਆ। ਯੈਸ ਸਟੂਡੈਂਡੀਅਸ ਸਟੂਡੈਂਡੀਅਸ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ।